ਵੈਲਕਮ ਜੀ, ਵੈਲਕਮ ਬੈਕ। ਵੈਲਕਮ 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 ਆ ਗਏ ਜੀ, ਤੁਸੀਂ ਛਾ ਗਏ ਜੀ। ਹੁਣ ਇਹ ਗੱਲ ਦਾ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ। ਵੈਲਕਮ ਬੈਕ ਜੀ ਰੈਡਰ ਸਾਹਿਬ। ਆਹ ਗੱਲ ਦਾ ਤਾਂ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਜੇ ਕੋਈ ਬੰਦਾ ਆਪਦਾ ਗਿਫਟ ਨਹੀਂ ਲੈ ਕੇ ਜਾਂਦਾ ਜਾਂ ਫੋਲੋਅਪ ਨਹੀਂ ਕਰਦਾ, ਹੈ ਨਾ, ਬਿਕ ਆ ਗਿਆ, ਬਿਕ ਛਾ ਗਿਆ। ਥੈਂਕ ਯੂ ਰਮਨ ਜੀ, ਰਮਨ ਥੈਂਕਸ ਫੋਰ ਦ ਬਬੂਸ, ਥੈਂਕ ਯੂ ਜੈਂਦਰ। ਮੈਂ ਕਿਹਾ ਹੁਣ ਆਹ ਗੱਲ ਦਾ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ, ਹੈ ਨਾ, ਕਿ ਜੇ ਕੋਈ ਬੰਦਾ ਫੋਲੋਅਪ ਨਹੀਂ ਕਰਦਾ ਅਤੇ ਬਾਅਦ ਦੇ ਵਿੱਚ ਆ ਕੇ ਇੱਥੇ ਕਿਚਕਿਚ ਕਰਦਾ, ਤਾਂ ਫਿਰ ਉਹ ਪਤਾ ਹੀ ਆਪਾਂ ਨੂੰ, ਹੈ ਨਾ, ਵੀ ਕਿਹਦੀ ਗਲਤੀ, ਸਾਡਾ ਤਾਂ ਕੋਈ ਕਸੂਰ ਨਹੀਂ ਭਾਈ। ਕਿਉਂਕਿ ਡਰਾ ਸਾਰਿਆਂ ਨੂੰ ਮਿਲ ਰਿਹਾ। ਮੈਂ ਅੱਜ ਵੀਡੀਓ ਬਣਾਈ, ਕੁੜੀ ਦੋ ਲੈ ਕੇ ਗਈ ਆਪਦੇ। ਕਈ ਵਾਰੀ ਤਾਂ ਮੈਂ ਬਿਜ਼ੀ ਹੁੰਦਾ ਜਾਂ ਮੇਰੇ ਕੋਲ ਟਾਈਮ ਨਹੀਂ ਹੁੰਦਾ। ਸੰਦੀਪ ਕੈਲੀਫੋਰਨੀਆ ਵੈਲਕਮ ਜੀ। ਕਈ ਵਾਰੀ ਤਾਂ ਮੇਰੇ ਕੋਲ ਟਾਈਮ ਨਹੀਂ ਹੁੰਦਾ, ਹੈ ਨਾ। ਸਰਤਾਜ ਅਭਿਰਾਜ ਤੁਹਾਡਾ ਨਾਮ ਪਹਿਲਾਂ ਪਾਇਆ ਨਹੀਂ ਹੋਇਆ? ਪਾਇਆ ਤਾਂ ਹੋਇਆ। ਸਾਰੇ ਜਾਣੇ ਉਹੀ ਆ ਗਏ ਸਾਰੇ ਕਿ ਡਿਫਰੈਂਟ ਨਵੇਂ ਬੰਦੇ ਵੀ ਕੋਈ ਜੁਆਇਨ ਕੀਤੇ ਆ ਜੀ? ਸਾਰੇ ਜਾਣੇ ਪਹਿਲਾਂ ਵਾਲੇ ਆ ਕਿ ਕੋਈ ਨਵਾਂ ਵੀ ਆਇਆ? ਵੀਨੂ ਆਇਆ ਨਵਾਂ। ਲਓ ਜੀ, ਵੀਨੂ ਦਾ ਨਾਮ ਪਾ ਦਈਏ ਆਪਾਂ ਡਰਾਅ 'ਚ। ਜਾਨੀ ਗਰੇਵਾਲ ਨਵਾਂ ਆ ਗਿਆ, ਦੇਖੋ ਫਰਕ ਪਿਆ ਥੋੜ੍ਹਾ ਜਿਹਾ। ਬਾਕੀ ਆਪਾਂ ਦੇਖਦੇ ਹਾਂ ਅੱਗੇ ਨੰਬਰ ਕਿਵੇਂ ਕਿੱਥੇ ਕੁ ਜਾਂਦਾ। ਜਾਨੀ ਗਰੇਵਾਲ ਵੀ ਨੂੰ ਅਸੀਂ ਉਹੀ ਹਾਂ, ਤੂੰ ਬਦਲ ਗਿਆ। ਹੈਲੋ ਜੀ ਹਨੀ ਸਾਹਿਬ, ਵੈਲਕਮ ਟੂ ਦ ਲਾਈਵ। ਹਨੀ ਦਾ ਨਾਮ ਪਾਓ ਜੀ। ਹਨੀ ਪਹਿਲੇ ਦੇ ਨਾਂ ਲੱਗਦੇ ਆ ਮੈਨੂੰ, ਮੇਰੇ ਕੋਲ ਤਾਂ ਅੱਜ ਤੱਕ ਮੈਂ ਪਹਿਲੀ ਵਾਰੀ ਦੇਖਿਆ, ਪਹਿਲਾਂ ਮੈਨੂੰ ਪਤਾ ਨਹੀਂ। ਓਕੇ ਜੀ, ਜਿਹੜੇ ਨਵੇਂ ਭੈਣ ਭਰਾ ਆ ਰਹੇ ਆ, ਪਲੀਜ਼ ਆਈ ਮਿਸਡ ਐਨੀਥਿੰਗ? ਨਾ ਨਾ, ਕੁਛ ਨਹੀਂ ਮਿਸ ਹੋਇਆ, ਅਸੀਂ ਵੀ ਉਹੀ ਹਾਂ। ਹਾਂਜੀ, ਤੁਸੀਂ ਉਹੀ ਹਾਂ, ਐਡਰੀ ਵਾਲੇ, ਮੈਨੂੰ ਪਤਾ ਲੱਗ ਗਿਆ। ਹੁਣ ਮੈਨੂੰ ਯਾਦ ਵੀ ਰਹਿੰਦੇ ਆ ਬੰਦੇ, ਹੈ ਨਾ। ਓਕੇ, ਜਿਹੜੇ ਪਹਿਲੀ ਵਾਰੀ ਆ ਰਹੇ ਆ, ਪਲੀਜ਼ ਆਪਣਾ ਨਾਮ ਲਿਖਾ ਦਿਓ। ਫਲਸਤੀਨ, ਲਓ ਜੀ ਫਲਸਤੀਨ, ਪਲੀਜ਼ ਰੀਡ ਮਾਈ ਨੇਮ। ਕਲੀਅਰ ਪੀ ਵੀ 29 ਜੀ, ਕਲੀਅਰ ਪੀ ਵੀ 29। ਜਿੰਦ ਲਿਖਤਾ, ਹਾਂਜੀ ਜਿੰਦ ਪਹਿਲਾਂ ਹੀ ਲਿਖਤਾ ਸੀ। ਲਓ ਜੀ 124 ਜਣੇ ਹੋ ਗਏ, ਦੇਖੋ ਫਰਕ ਪਿਆ ਕਿ ਨਹੀਂ ਪਿਆ, ਵੱਧ ਆ ਨੰਬਰਾਂ। ਇਹ 126 ਹੋ ਗਏ, ਇੱਕੋ ਦਾਮ ਹੀ 126 ਹੋ ਗਏ ਸੈਂਟ ਆਈਸਕ੍ਰੀਮ, ਫਰਕ ਪਿਆ, ਹੈ ਨਾ। ਨਵੇਂ ਵੀ ਆਏ ਆ ਵਿੱਚ, ਅਮਨ ਵੀ ਆ ਗਿਆ, ਦੇਖੋ ਨਵੇਂ। ਅਮਨ ਪਹਿਲਾਂ ਤੁਹਾਨੂੰ ਗਈ ਨਹੀਂ ਸੀ ਨੋਟੀਫਿਕੇਸ਼ਨ, ਤੁਸੀਂ ਹੁਣੇ ਆਏ ਅੱਜ। 22 ਜੀ 13 13, ਦੇਖੋ ਇਹ ਵੀ ਨਵੇਂ ਆ ਗਏ। ਹੁਣੇ ਆਈ ਆ, ਦੇਖੋ ਨੋਟੀਫਿਕੇਸ਼ਨ ਪਹਿਲਾਂ ਜਾਂਦੀ ਨਹੀਂ ਸੀ, ਹੁਣ ਦੁਬਾਰਾ ਗਈ ਜਾਂਦਾ ਸਾਰਿਆਂ ਨੂੰ। ਆ ਲਓ ਜੀ, ਨਾਮ ਸਾਰਿਆਂ ਦੇ ਪੈ ਗਏ ਆ, ਟੈਪ ਟੈਪ ਕਰ ਦਿਓ ਸਾਰੇ ਜਾਣੇ। ਕਿੰਨੇ ਤੁਹਾਨੂੰ ਸਕਰੀਨ 'ਤੇ ਸ਼ੋਅ ਹੁੰਦਾ, ਪਲੀਜ਼ ਉਹ ਲਿਖੀ ਚੱਲੋ। ਆਈ ਨੈਵਰ ਗੈਟ ਨੋ, ਅੱਛਾ ਤੁਹਾਨੂੰ ਕਦੇ ਨੋਟੀਫਿਕੇਸ਼ਨ ਤਾਂ ਆਉਂਦੀ ਨਹੀਂ। ਕਾਲ ਬਹੁਤਿਆਂ ਨੂੰ ਨਹੀਂ ਆਉਂਦੀ, ਬਹੁਤਿਆਂ ਨੂੰ ਆਉਂਦੀ ਆ, ਆਹ ਨੌਕਰੀ ਚੱਕਰ ਆ, ਕਈਆਂ ਨੂੰ ਜਾਂਦੀ ਹੈ ਕਈਆਂ ਨੂੰ ਨਹੀਂ ਜਾਂਦੀ।
ਕਈ ਕਹਿੰਦੇ ਮੈਨੂੰ ਆਉਂਦੀ ਹੈ, ਕਈਆਂ ਨੂੰ ਆਉਂਦੀ ਨਹੀਂ, ਆਈ ਨੈਵਰ। ਅੱਛਾ, ਬਹੁਤਿਆਂ ਨੂੰ ਨਹੀਂ ਆਉਂਦੀ ਹੈ ਨਾ। ਥੈਂਕ ਯੂ ਹਨੀ ਵੀਰੇ, ਫੋਲੋ ਕਰ ਲਈ। ਓਕੇ, ਜਿਹੜੇ ਪਹਿਲੀ ਵਾਰੀ ਆ ਰਹੇ ਪਲੀਜ਼ ਫੋਲੋ ਕਰ ਲਓ, ਕਿਉਂਕਿ ਜੇ ਤੁਸੀਂ ਫੋਲੋ ਨਾ ਕਰਦੇ ਹੋਏ ਤੁਹਾਨੂੰ ਡਰਾਅ ਨਿਕਲਿਆ, ਵਰਡ ਹੋ ਜਾਣਾ। ਅੱਛਾ, ਕਦੇ ਨਹੀਂ ਆਈ ਵੀਰੇ, ਪਤਾ ਨਹੀਂ ਹੁਣ ਮੈਨੂੰ ਤਾਂ ਇਹਨਾਂ ਨੂੰ ਕੀ ਹਾਲ ਹੈ। ਉਹ ਕਹਿੰਦੇ ਤੁਸੀਂ ਆਪਦੇ ਫੋਨ ਤੋਂ ਨੋਟੀਫਿਕੇਸ਼ਨ ਔਨ ਕਰਨੀ ਹੁੰਦੀ ਹੈ, ਜਦੋਂ ਤੁਸੀਂ ਔਨ ਕੀਤੀ ਹੋਊਗੀ ਆਪਦੇ ਵਾਲੀ ਸਾਈਡ ਤੋਂ ਫਿਰ ਤੁਹਾਨੂੰ ਆਉਂਦੀ ਹੈ ਨੋਟੀਫਿਕੇਸ਼ਨ। ਜੇ ਤੁਸੀਂ ਔਨ ਨਹੀਂ ਕਰਦੇ ਹੈ ਨਾ, ਫਿਰ ਨਹੀਂ ਆਉਂਦੀ। ਤੁਸੀਂ ਆਪਦੇ ਵਾਲੀ ਸਾਈਡ ਤੋਂ ਨੋਟੀਫਿਕੇਸ਼ਨ ਕਹਿੰਦੇ ਤੁਹਾਨੂੰ ਔਲ ਕਰਨੀ ਪੈਂਦੀ ਹੁੰਦੀ ਆ, ਆਈ ਮੀਨ ਔਨ ਕਰਨੀ ਪੈਂਦੀ ਹੁੰਦੀ ਆ। ਮੈਂ ਵੈਸੇ ਕੁਛ ਨਹੀਂ, ਮੈਂ ਕਈ ਲਾਈਵ ਇਹੋ ਜਿਹੇ ਆ ਜਿਹੜੇ ਜਿਵੇਂ ਕੋਈ ਗੋਰਿਆਂ ਗਾਰਿਆਂ ਦੇ ਆ, ਕਿਤੇ ਕਈ ਵਾਰੀ ਕੋਈ ਸਕਿਨ ਕੇਅਰ ਦਾ ਕੋਈ ਗੋਰਿਆਂ ਦਾ ਲਾਈਵ ਚੱਲੀ ਜਾਂਦਾ ਹੁੰਦਾ, 2-4 ਮਿੰਟ 5 ਮਿੰਟ ਬਹਿ ਕੇ ਮੈਂ ਗੱਲ ਸੁਣ ਲਈ ਹੈ ਨਾ। ਅੱਛਾ, ਅਤੇ ਬਹਿ ਕੇ ਮੈਂ ਗੱਲ ਸੁਣ ਲਈ 2-4 ਮਿੰਟ, ਤਾਂ ਮੈਨੂੰ ਤਾਂ ਉਹਨਾਂ ਦੀ ਵੀ ਲਾਈਵ ਜਦੋਂ ਚੱਲਦੀ ਹੈ ਤਾਂ ਨੋਟੀਫਿਕੇਸ਼ਨ ਆ ਜਾਂਦੀ ਹੈ ਵੀ ਫਲਾਣੇ ਦੀ ਲਾਈਵ ਚੱਲੀ ਜਾਂਦੀ ਹੈ। ਨਹੀਂ ਨਿਕਲਿਆ ਜੀ, ਅਤੇ ਓਕੇ ਜੀ, ਨੈਕਸਟ ਡਰੋ ਵੱਲ ਵੱਧਦੇ ਹਾਂ ਜੀ। ਆਪਾਂ ਜਿਹੜੇ ਪਹਿਲੀ ਵਾਰੀ ਆ ਰਹੇ ਆ ਪਲੀਜ਼ ਆਪਣਾ ਨਾਮ ਲਿਖਵਾ ਦਿਓ, ਅਤੇ ਨੈਕਸਟ ਡਰੋ ਵਿਦਿਨ ਆਪਾਂ 1-2 ਮਿੰਟ ਹੀ ਕੱਢ ਦੇਣਾ ਅਤੇ ਡਨ ਕਰਾਂਗੇ, ਬਸ ਲਾਸਟ ਹੀ ਕਰਾਂਗੇ ਆਪਾਂ। ਅਤੇ ਕੱਜ ਨੂੰ ਮੈਂ ਮਾੜਾ ਜਿਹਾ ਕਢਾ ਕੇ ਲਿਆਊਂਗਾ ਫਿਰ ਜਾ ਕੇ, ਸਨੀ ਹਾਂ ਵੱਖ ਕਰਕੇ ਆਉਣਾ, ਚੱਲ ਕੱਜ ਨੂੰ ਲਿਖਾਂ। ਠੀਕ ਹੈ ਜੀ, ਸਾਰੇ ਜਣੇ ਪਲੀਜ਼। ਹੈਲੋ ਗਰੇਵਾਲ ਜੀ, ਸਤਿ ਸ਼੍ਰੀ ਅਕਾਲ ਗਰੇਵਾਲ, ਹੁਣੇ ਆਏ ਲੱਗਦੇ ਆ। ਹੈਪੀ ਬੜਿੰਗ ਸਾਹਿਬ, ਹੈਲੋ, ਕਿਵੇਂ ਹੈਪੀ? ਆਹ ਮੈਚ ਵਾਲੇ ਆ ਗਏ ਯਾਰ, ਇਹਨਾਂ ਦਾ ਕਰੀਏ, ਮੈਚਾਂ ਵਾਲੇ ਬਹੁਤ ਆਉਂਦੇ ਆ ਨਾ। ਜਸਪਾਲ ਸਿੰਘ, ਓਕੇ ਜੀ, ਜਿਹੜੇ ਪਹਿਲੀ ਵਾਰੀ ਆ ਰਹੇ ਆ ਪਲੀਜ਼। ਓਕੇ, ਜਿਹੜੇ ਪਹਿਲੀ ਵਾਰੀ ਆ ਰਹੇ ਆ ਪਲੀਜ਼ ਆਪਣਾ ਨਾਮ ਲਿਖਵਾ ਲਓ ਜੀ, ਕਿਉਂਕਿ ਆਪਾਂ ਡਰਾਅ ਦੇ ਵਿੱਚ ਨਾਮ ਐਡ ਕਰ ਰਹੇ ਹਾਂ, ਲਕਸੀ ਐਚ ਦੇ ਸਕਿਨ ਕੇਅਰ ਨੂੰ ਪ੍ਰਮੋਸ਼ਨ ਕਰ ਰਹੇ ਹਾਂ, ਡਰਾਅ ਕੱਢ ਰਹੇ ਹਾਂ। ਬਾਈ ਜੀ, 13-13 ਮੈਂ ਲਿਖਤਾ ਤੁਹਾਡਾ, ਅਤੇ ਆ ਹੈਪੀ ਬਿਡਿੰਗ ਦਾ ਵੀ ਲਿਖਤਾ, ਨਿਮਰਤ ਰਾਜ ਲਓ ਜੀ, ਲਓ ਨਿਮਰਤ ਰਾਜ, ਨਿਮਰਤ ਰਾਜ ਦਾ ਲਿਖਤਾ ਜੀ। ਹੈ ਕੀ ਨਿਮਰਤ, ਇਹ ਵਿਟਾਮਿਨ ਸੀ ਸੀਰਮ ਆ, ਆਪਾਂ ਲਕਸੀ ਐਚ ਦੇ ਪ੍ਰੋਡਕਟਸ ਨੂੰ ਪ੍ਰਮੋਟ ਕਰਦੇ ਹਾਂ, ਦੀਜ਼ ਆਰ ਰੀਅਲੀ ਰੀਅਲੀ ਗੁੱਡ ਹਾਈ ਐਂਡ ਪ੍ਰੋਡਕਟ ਨੇ, ਹਾਈ ਕੁਆਲਿਟੀ ਦੇ। ਐਂਡ ਇਹ ਤੁਸੀਂ www.luxyh.com, ਮੇਰੀ ਬਾਇਓ ਦੇ ਵਿੱਚ ਵੈਬਸਾਈਟ ਹੈਗੀ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਹੈ ਨਾ। ਸਾਰਿਆਂ ਨੂੰ ਰਿਕੁਐਸਟ ਦੁਬਾਰਾ ਨਾਮ ਨਾ ਲਿਖਿਆ ਕਰੋ। ਹਾਂਜੀ, ਬਸ ਨੰਬਰ ਲਿਖੀ ਚਲੋ, ਜਿਵੇਂ 129 ਹੋ ਗਿਆ, ਨਿਮਰਤ ਰਾਜ। ਇੱਕ ਹੋਰ ਕੁੜੀ ਕਿਹੜੀ ਸੀ ਜਿਹੜੀ ਪੁੱਛਦੀ ਸੀ? ਓਕੇ, ਹਾਂ ਨਿਮਰਤ ਰਾਜ ਹੀ ਪੁੱਛਦੀ ਸੀ। ਓਕੇ, ਆਈ ਐਮ ਕਮਿੰਗ ਨੈਕਸਟ ਵੀਕ, ਆ ਜਾਓ ਹੈਪੀ, ਪਲੀਜ਼ ਮਿਲ ਕੇ ਜਾਇਓ ਯਾਰ। ਪਰਮਜੀਤ, ਮੈਨੂੰ ਫੋਨ ਕਰ ਲਈ ਹੈਪੀ, ਵਟਸਐਪ ਦੇ ਉੱਤੇ ਕਾਲ, ਆਈ ਮੀਨ ਫੋਨ 'ਤੇ ਕਾਲ ਕਰ ਲਈ, ਅਤੇ ਪਲੀਜ਼ ਜ਼ਰੂਰ ਮਿਲ ਕੇ ਜਾਈ ਯਾਰ। ਓਕੇ ਜੀ, ਪਰਮਜੀਤ ਦਾ ਵੀ ਨਾਮ ਲਿਖ ਲਿਆ, ਹੋਰ ਕਿਸੇ ਦਾ ਰਹਿ ਤਾਂ ਨਹੀਂ ਗਿਆ ਜੀ। ਥੈਂਕ ਯੂ ਜੀ, ਸਾਰੇ ਟੈਪ ਟੈਪ ਕਰ ਦਿਓ, ਮਾਰੋ 10,000 ਅਤੇ ਖਿੱਚ ਕੇ ਇਹਨੂੰ, ਬਲੈਸ ਯੂ। ਥੈਂਕ ਯੂ ਰਾਜਵਿੰਦਰ ਭੈਣੇ, ਥੈਂਕ ਯੂ ਰਾਜ ਜੀ। ਕਰਮਜੀਤ ਗਿੱਲ, ਲਓ ਜੀ, ਕਰਮਜੀਤ ਗਿੱਲ ਦਾ ਨਾਮ ਨਹੀਂ ਲਿਖਿਆ। ਅੱਛਾ, ਸਨੀ ਨੂੰ ਕਹਿੰਦੇ ਆ ਬਲੈਸ ਯੂ, ਸਨੀ ਨੇ ਛਿੱਕ ਮਾਰੀ ਨਾ, ਉਹ ਕਹਿੰਦੇ ਬਲੈਸ ਯੂ। ਥੈਂਕ ਯੂ ਜੀ ਸਨੀ, ਥੈਂਕ ਯੂ ਰਾਜੂ, ਥੈਂਕ ਯੂ ਜੀ।
ਠੀਕ ਤੁਹਾਡਾ ਨੇਚਰ ਕਿੰਨਾ ਗੁੱਡ ਆ ਭਾਅ ਜੀ ਤੁਹਾਡਾ। ਹਾਂਜੀ ਹਾਂਜੀ ਅਰੁਣ ਰਾਮਨ ਜੀ, ਥੈਂਕ ਯੂ ਥੈਂਕ ਯੂ। ਤੁਹਾਡਾ ਵੀ ਬਹੁਤ ਵਧੀਆ ਜੀ, ਤਾਂਹੀਓ ਤੁਹਾਨੂੰ ਵਧੀਆ ਲੱਗਦਾ। ਓਕੇ ਜੀ, ਨੈਕਸਟ ਡਰੋਅ ਵੱਲ ਵੱਧ ਰਹੇ ਹਾਂ ਆਪਾਂ, ਅਤੇ ਫਿਰ ਡਨ ਕਰਾਂਗੇ ਆਪਾਂ। ਠੀਕ ਹੈ ਜੀ, ਗੁੱਡ ਫੋਰ ਟੂਡੇ ਸ਼ੁੱਡ ਬੀ ਗੁੱਡ ਇਨਾਫ ਸੱਚ ਨਾਈਸ ਪਰਸਨ। ਥੈਂਕ ਯੂ ਥੈਂਕ ਯੂ ਥੈਂਕ ਯੂ ਗਾਇਜ਼, ਯੂ ਗਾਇਜ਼ ਆਰ ਅਮੇਜ਼ਿੰਗ, ਯੂ ਗਾਇਜ਼ ਆਰ ਅਮੇਜ਼ਿੰਗ। ਓਕੇ ਫਾਈਵ, ਓਕੇ ਜਿਹੜੇ ਪਹਿਲੀ ਵਾਰੀ ਆ ਰਹੇ ਪਲੀਜ਼ ਫੋਲੋ ਕਰ ਲਿਓ, ਕਿਉਂਕਿ ਜੇ ਡਰੋਅ ਨਿਕਲਿਆ ਆ ਤੁਸੀਂ ਫੋਲੋ ਨਾ ਕਰਦੇ ਹੋਏ ਬੋਰਡ ਹੋ ਜਾਂਦਾ। ਅਸੀਂ ਤਕਰੀਬਨ ਐਵਰੀ ਡੇ ਵਾਂਗੂ ਹੀ ਡਰੋਅ ਕੱਢਦੇ ਹਾਂ। ਸੋ ਫਾਰ ਆਪਾਂ ਕਿੰਨੇ ਦੇ ਡਰੋਅ ਕੱਢਤੇ ਸਾਰੇ ਜਣੇ ਪਲੀਜ਼ ਦੱਸੋਗੇ, ਸੋ ਫਾਰ ਆਪਾਂ ਕਿੰਨੇ ਦੇ ਡਰੋਅ ਕੱਢ ਚੁੱਕੇ ਹਾਂ। ਹੈਰੀ ਗਿੱਲ ਇਜ਼ ਅਕਾਊਂਟਿੰਗ ਕਰਨ ਵਾਲੇ, ਹੈਰੀ ਗਿੱਲ ਵੀ ਅਕਾਊਂਟੈਂਟ ਆ ਅਤੇ ਆਪਣਾ ਬਿੱਕ ਵੀ 7500 ਦੇ, 8500 ਦੇ, 7500 ਦੇ, 7K ਦੇ। ਸੋ ਇਹ ਸਾਰੇ ਜਣੇ ਰੈਗੂਲਰ ਵਾਚ ਕਰਦੇ ਆ, ਜਿਨ੍ਹਾਂ ਨੂੰ ਪਤਾ ਕਿ ਇੰਨੇ ਪੈਸਿਆਂ ਦੇ ਸੋ ਫਾਰ ਸਾਡੇ ਇੰਨੇ ਡਾਲਰਾਂ ਦੇ ਆਪਣੇ ਡਰੋਅ ਨਿਕਲ ਚੁੱਕੇ ਆ। ਐਂਡ ਅਵਰ ਗੋਲ ਇਜ਼ ਬਾਏ ਦਾ ਐਂਡ ਆਫ ਦਿਸ ਈਅਰ $100,000 ਗਾਇਜ਼, $100,000 ਦੇ ਡਰੋਅ ਕੱਢਣੇ ਆ ਬਾਏ ਦਾ ਗਰੇਸ ਆਫ ਗੋਡ। ਹੈਰੀ ਕਹਿੰਦੇ 8500 ਹੋ ਗਿਆ, ਹੈਰੀ ਕਹਿੰਦੇ 8500 ਹੋ ਗਿਆ, ਨਵੂ ਕਹਿੰਦੇ 7800 ਹੋ ਗਿਆ ਰਵੂ। ਐਂਡ ਬਾਏ ਦਾ ਐਂਡ ਆਫ ਦਿਸ ਈਅਰ ਅਵਰ ਗੋਲ ਇਜ਼ $100,000 ਗਾਇਜ਼, ਐਂਡ ਬਾਏ ਦਾ ਗਰੇਸ ਆਫ ਗੋਡ ਐਂਡ ਯੂਅਰ ਸਪੋਰਟ। ਸੋ ਨੈਕਸਟ ਡਰੋਅ ਲਈ ਆਪਾਂ ਰੈਡੀ ਹਾਂ, ਜਿਹੜੇ ਪਹਿਲੀ ਵਾਰੀ ਆਏ ਆ ਫੋਲੋ ਕਰ ਲਿਓ ਅਤੇ ਪਾਰਟ ਪਲੀਜ਼ ਸਾਡੀ ਇਸ ਬਿਊਟੀਫੁਲ ਜਰਨੀ ਦਾ ਹਿੱਸਾ ਬਣੋ, ਇੱਕ ਖੂਬਸੂਰਤ ਹਾਜ਼ਰੀ ਲਵਾਓ ਆਪਦੀ ਇਸ ਜਰਨੀ ਦੇ ਵਿੱਚ। ਠੀਕ ਆ, ਹੱਥ ਖਾਲੀ ਹੈ ਮੇਰਾ ਬਿਲਕੁਲ। 5 4 3 2 1 ਠੀਕ ਹੈ ਜੀ। ਰਾਜ, ਰਾਜ ਭੈਣ ਜੀ, ਆਰ ਏ ਐੱਸ ਜ਼ੈੱਡ, ਰਾਜ ਭੈਣ ਜੀ ਐਡਮਿੰਟਨ ਵਾਲੇ। 5 4 3 2 1 ਰਾਜ ਭੈਣ ਜੀ ਹੈਗੇ ਕਿ ਹੈ ਨੀਗੇ? ਓ ਰਾਜ ਭੈਣ ਜੀ ਫਿਰ ਹੈ ਨੀਗੇ, ਦੈਟਸ ਸੈਡ, ਆਈ ਐਮ ਨੋਟ ਹੈਪੀ। ਹੈਗੇ ਹੈਗੇ ਹੈਗੇ, ਓਕੇ 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 ਹੈਗੇ ਆ। ਮੈਨੂੰ ਲੱਗਾ ਫਿਰ ਚਲੇ ਗਏ ਕਿਤੇ, ਤੁਸੀਂ ਸਕਰੀਨਸ਼ੋਟ ਲੈ ਲਓ ਪਲੀਜ਼। ਮੈਨੂੰ ਲੱਗਾ ਫਿਰ ਚਲੇ ਗਏ ਤੁਸੀਂ, ਕਿਉਂਕਿ ਆ ਪਹਿਲਾਂ ਵੀ ਇੱਕ ਦਿਨ ਤੁਹਾਡਾ ਡਰੋਅ ਨਿਕਲਿਆ, ਤੁਸੀਂ ਉਸ ਦਿਨ ਵੀ ਹੈ ਨਹੀਂ ਸੀ, ਐਂਡ ਆਈ ਵਾਜ਼ ਫੀਲਿੰਗ ਬੈਡ ਕਿ ਤੁਸੀਂ ਅੱਜ ਫਿਰ ਹੈ ਨਹੀਂ। ਓਕੇ 150 ਕਰ ਦਿਓ ਗਾਇਜ਼, 138 ਹੋ ਗਏ। ਜੇ 150 ਹੋ ਗਿਆ ਆਪਾਂ ਇੱਥੇ ਹੀ ਨੈਕਸਟ ਡਰੋਅ ਚੱਕ ਦਿਆਂਗੇ। ਸਾਰੇ ਜਣੇ ਟੈਪ ਟੈਪ ਕਰਕੇ ਲਾਈਵ ਨੂੰ ਸ਼ੇਅਰ ਕਰਕੇ ਪੂਰਾ ਐਕਸ਼ਨ 'ਚ ਆ ਕੇ 150 ਕਰ ਦਿਓ, 2-4 ਗਿਫਟ ਸੈਂਡ ਕਰੋ ਸਾਰੇ ਜਣੇ। ਲਓ 142 ਹੋ ਗਏ ਜੀ, 150 ਹੋਣ ਵਾਲੇ ਹੀ ਹੈ ਨੈਕਸਟ ਡਰੋਅ ਰੈਡੀ। 5 4 150 ਹੋਣ ਵਾਲੇ ਹੀ ਹੈ, 146 ਹੋ ਗਏ, 145 ਗਿਫਟ ਸੈਂਡ ਕਰੋ ਥੋੜ੍ਹੇ ਥੋੜ੍ਹੇ। 5 4 3 2 1 149 ਹੋ ਗਿਆ, ਵਾਹ ਹੋ ਗਿਆ ਜੀ 150, ਵੈਰੀ ਗੁੱਡ। ਲਓ ਜੀ ਜਿਹੜੇ ਪਹਿਲੀ ਵਾਰੀ ਆਏ ਆ ਪਲੀਜ਼ ਫੋਲੋ ਕਰ ਲਓ ਜੀ, ਗਿਫਟਾਂ ਦਾ ਸਿਲਸਿਲਾ ਜਾਰੀ ਰਹੂਗਾ ਜਿੰਨਾ ਚਿਰ ਤੁਸੀਂ ਨੰਬਰ ਵੱਧਦੇ ਰਹੋਗੇ। ਅਗਲਾ ਡਰੋਅ 175 'ਤੇ ਕੱਢਾਂਗੇ, 150 ਹੋ ਗਿਆ, ਨੈਕਸਟ ਡਰੋਅ ਵਿਲ ਵੀ ਐਟ 175। ਜੇ ਤੁਸੀਂ 175 ਕਰ ਦਿਓਗੇ ਵੀ ਵਿਲ ਕੀਪ ਡੂਇੰਗ, ਅਗਲਾ ਉਸ ਤੋਂ 200 'ਤੇ, ਬਟ ਬਾਹਲਾ ਟਾਈਮ ਨਹੀਂ ਆਪਾਂ ਲਾਉਣਾ। ਠੀਕ ਹੈ ਜੀ, 5 4 3 2 1 ਇੱਥੋਂ ਹੀ ਜਿਹੜੇ ਜਣੇ ਪਹਿਲੀ ਵਾਰੀ ਆਏ ਆ ਪਲੀਜ਼ ਆਪ ਫੋਲੋ ਕਰ ਲਓ, ਨੈਕਸਟ ਡਰੋਅ 'ਚ ਮੈਂ ਤੁਹਾਡਾ ਨਾਮ ਪਾ ਦੂੰਗਾ, ਇਸ ਤੋਂ ਨੈਕਸਟ ਡਰੋਅ ਦੇ ਵਿੱਚ ਤੁਹਾਡਾ ਨਾਮ ਪਾ ਦੂੰਗਾ ਜੀ। 150 'ਤੇ ਕੀਪ ਕਰੋ, 150 'ਤੇ ਕੰਟੀਨਿਊ ਰੱਖੋ, ਇਹਨੂੰ ਥੱਲੇ ਨੂੰ ਨਾ ਜਾਣ ਦਿਓ। ਓਕੇ ਜੀ, ਸਰਤਾਜ, ਆ ਕੀ ਹੈ ਸਰਤਾਜ ਅਭਿਰਾਜ, ਸਰਤਾਜ ਅਭਿਰਾਜ ਆਰ ਯੂ ਦੇਅਰ, ਸਰਤਾਜ ਅਭਿਰਾਜ ਆਰ ਯੂ ਦੇਅਰ। 5
4 3 ਹਾਂਜੀ ਹੈਗੇ ਆ। ਓਕੇ ਜੀ, ਵੈਲਕਮ ਆ ਜੀ ਤੁਹਾਡਾ। ਪਹਿਲਾ ਡਰਾਉ ਨਿਕਲਿਆ ਸਰਤਾਜ ਵਿਰਾਜ ਨੂੰ, ਆਈ ਐਮ ਸੋ ਹੈਪੀ ਫੋਰ ਯੂ। ਪਲੀਜ਼ ਇਹਦਾ ਸਕਰੀਨਸ਼ੋਟ ਲੈ ਲਓ ਜੀ, ਸਕਰੀਨਸ਼ੋਟ ਲੈ ਲਓ ਪਲੀਜ਼ ਇਹਦਾ। ਓਕੇ ਜੀ, ਨੈਕਸਟ 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 ਨੈਕਸਟ। ਸਾਰੇ ਜਣੇ ਨੰਬਰ ਲਿਖੋ ਉੱਪਰ ਜਿੰਨਾ ਨੰਬਰ ਸ਼ੋਅ ਹੁੰਦਾ, ਸਾਰੇ ਜਣੇ ਜਿੰਨਾ ਉੱਪਰ ਨੰਬਰ ਸ਼ੋਅ ਹੁੰਦਾ ਪਲੀਜ਼ ਨੰਬਰ ਲਿਖੋ, ਨਾਲੇ ਟੈਪ ਟੈਪ ਕਰੋ। ਯੂ ਨੈਵਰ ਨੋ, ਜੇ 175 'ਤੇ ਚਲੇ ਗਏ ਫਿਰ ਆਪਾਂ ਦੁਬਾਰਾ ਕੱਢ ਦੇਣ ਇੱਕ ਹੋਰ। ਜਿਨ੍ਹਾਂ ਦੇ ਨਾਮ ਨਹੀਂ ਲਿਖੇ ਕੋਈ ਨਾਮ ਲਿਖਾ ਦਿਓ, ਜਿਹੜੇ ਵਿੱਚ ਨਵੇਂ ਜੁਆਇਨ ਕੀਤੇ ਮੈਨੂੰ ਉਹਦੇ ਨਾਮ ਲਿਖਾ ਦਿਓ ਪਲੀਜ਼। ਦੂਜੇ ਸਾਰੇ ਜਣੇ ਪਰ ਨੰਬਰ ਲਿਖੀ ਚੱਲੋ, ਆਪਾਂ ਢਿੱਲੇ ਨਹੀਂ ਹੋਣਾ, ਬਸ 5-7 ਮਿੰਟਾਂ ਦੀ ਗੇਮ ਆਪਾਂ ਡਨ ਕਰ ਦੇਣਾ, 5-7 ਮਿੰਟਾਂ 'ਚ ਡਨ ਕਰ ਦੇਣੀ ਗੇਮ। ਨਵਨ, ਹੈਲੋ ਜੀ, ਨਵਨ ਦਾ ਮੈਂ ਨਾਮ ਲਿਖਤਾ। ਓਕੇ, ਨੈਬ ਕਿੰਗਰਾ ਜੀ, ਨੈਬ ਨਾਗਰਾ, ਸੋਚੀ ਸੋਰੀ, ਮੈਂ ਕਿੰਗਰਾ ਹੀ ਕਹਿੰਦਾ ਰਹਿੰਦਾ ਹਮੇਸ਼ਾ। ਨਾਗਰਾ ਜੀ, ਐਚ ਕੇ ਫਿਜ਼ੀਓ, ਲਓ ਜੀ ਐਚ ਕੇ ਫਿਜ਼ੀਓ। ਫਿਜ਼ੀਓ ਵਾਲਿਓ ਮੈਨੂੰ ਕੰਟੈਕਟ ਕਰ ਲਿਓ ਵਟਸਐਪ ਦੇ ਉੱਤੇ, ਮੈਨੂੰ ਫਿਜ਼ੀਓ ਦੀ ਲੋੜ ਆ ਇੱਕ, ਸੁੱਖ ਸੰਧੂ ਸਾਹਿਬ, ਮੈਨੂੰ ਇੱਕ ਫਿਜ਼ੀਓ ਦੀ ਲੋੜ ਆ ਜੀ। ਜੇ ਤੁਹਾਡਾ ਕੋਲ ਹੈਗਾ ਸਰਟੀਫਿਕੇਟ ਤਾਂ ਆਪਾਂ ਇਕੱਠੇ ਕੰਮ ਕਰ ਸਕਦੇ ਹਾਂ, ਆਪਣਾ ਮਸਾਜ ਥੈਰੇਪੀ ਹੈਗੀ ਆ, ਸੋ ਆਮ ਲੁਕਿੰਗ ਫੋਰ ਆ ਫਿਜ਼ੀਓ ਥੈਰੇਪਿਸਟ, ਜੇ ਕੋਈ ਹੈਗਾ ਤਾਂ ਪਲੀਜ਼ ਮੈਨੂੰ ਦੱਸਿਓ। ਗੁਰਜੰਟ ਤਰਨ ਜੀ, ਵੈਲਕਮ ਜੀ, ਤਰਨ ਵੀ ਲਿਖਤਾ ਜੀ। ਜਿਹੜੇ ਨਵੇਂ ਆਏ ਆ ਪਲੀਜ਼ ਫੋਲੋ ਕਰ ਲਓ ਅਤੇ ਨਾਮ ਲਿਖਵਾ ਦਿਓ ਆਪਦਾ। ਆਪਾਂ ਨੈਕਸਟ ਡਰੋ, ਆਪਾਂ ਤਕਰੀਬਨ 70 ਪਤਾ ਨਹੀਂ ਕਿੰਨੇ ਦਾ, 7-8 ਹਜ਼ਾਰ ਡਾਲਰ ਦੇ ਗਿਫਟ ਆਲਰੇਡੀ ਕੱਢ ਚੁੱਕੇ ਹਾਂ ਜੀ, ਐਂਡ ਟਾਰਗੇਟ ਹੈਗਾ ਬਾਏ ਦ ਐਂਡ ਆਫ ਦਿਸ ਈਅਰ $1,00,000 ਦੇ ਡਰੋ ਕੱਢਣੇ ਜੀ ਆਪਾਂ। ਥੈਂਕ ਯੂ ਵੀਰੇ, ਥੈਂਕ ਯੂ ਕਿੰਗ ਸਾਹਿਬ, ਕਿੰਗ ਨੇ ਰੋਜ਼ ਸੈਂਡ ਕੀਤਾ ਜੀ, ਕਿੰਗ ਬੱਬੂ ਜਾ ਵੀ ਸੈਂਡ ਕਰ ਯਾਰ ਭਾਈ, ਇਕੱਲੇ ਰੋਜ਼ ਨਾਲ ਨਹੀਂ ਗੱਲ ਬਣਦੀ। ਕਿੰਗ ਜੱਸ, ਉਹ ਵੇਖੋ ਉੱਪਰ ਬੱਬੂ ਆ ਜਾਂ ਟਾਰਗੇਟ ਲਾਇਆ ਹੋਇਆ ਸੀ। ਮਜਬੂਰੀ ਹੈ ਕਿ ਟਿਕਟੋਕ ਨਾ ਸਾਡੀ ਪ੍ਰਮੋਸ਼ਨ ਨਹੀਂ ਕਰਦੀ, ਥੋੜ੍ਹਾ ਚੈਨਲ ਨੂੰ ਅੱਗੇ ਨਹੀਂ ਵਧਾਉਂਦੀ ਜਿੰਨਾ ਚਿਰ ਤੁਸੀਂ ਗਿਫਟਿੰਗ ਨਹੀਂ ਲੈਂਦੇ। ਮੈਂ ਪਹਿਲਾਂ ਗਿਫਟ ਲੈਂਦਾ ਨਹੀਂ ਹੁੰਦਾ ਜੀ, ਮੈਂ ਕਹਿੰਦਾ ਕੋਲ ਰੱਖੋ ਕੋਲ ਰੱਖੋ, ਪਰ ਉਹਨਾਂ ਨੇ ਮੈਨੂੰ ਟਾਰਗੇਟ ਦਿੱਤਾ 20,000 ਪੁਆਇੰਟਸ ਹੋਣੇ ਜ਼ਰੂਰੀ ਹੈ ਮੇਰੇ, ਤਾਂ ਫਿਰ ਉਹ ਮੈਨੂੰ ਨੈਕਸਟ ਲੈਵਲ 'ਤੇ ਪ੍ਰਮੋਟ ਕਰਨਗੇ ਮੇਰੇ ਚੈਨਲ ਨੂੰ। ਥੈਂਕ ਯੂ ਵੈਰੀ ਮੱਚ ਸਾਰਿਆਂ ਦਾ ਸਪੋਰਟ ਲਈ ਜੀ। ਅਤੇ ਕਿੰਗ ਜੱਸ ਹੋ ਗਿਆ ਜੀ, ਠੀਕ ਹੈ ਜੀ, ਸੁੱਖ ਸੰਧੂ ਸਾਹਿਬ ਦਾ ਨਾਂ ਲਿਖਿਆ ਗਿਆ ਜੀ। ਹੋਰ ਕੋਈ ਹੈਗਾ ਭੈਣ ਭਰਾ ਜਿਹਨਾਂ ਦਾ ਮੈਂ ਨਾਮ ਨਹੀਂ ਲਿਖਿਆ, ਜਿਹੜੇ ਪਹਿਲੀ ਵਾਰੀ ਆ ਰਹੇ ਆ ਪਲੀਜ਼ ਆਪਦਾ ਮੈਨੂੰ ਚੈਨਲ ਨੂੰ ਫੋਲੋ ਕਰ ਲਓ, ਕਿਉਂਕਿ ਤੁਸੀਂ ਜੇ ਫੋਲੋ ਕਰ ਲਓਗੇ ਫਿਰ ਡਰੋਅ ਦੇ ਵਿੱਚ ਤੁਸੀਂ ਕੁਆਲੀਫਾਈ ਕਰਦੇ ਹਾਂ, ਜੇ ਤੁਸੀਂ ਫੋਲੋ ਨਾ ਕੀਤਾ ਹੋਇਆ ਡਰੋਅ ਨਿਕਲਿਆ ਫਿਰ ਉਹ ਐਵੇਂ ਹੀ ਜਾਊਗਾ ਜੀ। ਸੋ ਮੇਰੀ ਰਿਕੁਐਸਟ ਆ ਪਲੀਜ਼ ਫੋਲੋ ਕਰ ਲਓ, ਇਟ ਡਜ਼ਨ ਹਰਟ ਟੂ ਫੋਲੋ। ਉਹਦੇ ਨਾਲ ਕੀ ਹੈ, ਤੁਸੀਂ ਸਾਡੀਆਂ ਵੀਡੀਓਜ਼ ਵਗੈਰਾ ਦੇਖ ਲਓਗੇ, ਸਕਿਨ ਕੇਅਰ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਲੈ ਲਓਗੇ ਤਾਂ ਗੁੱਡ ਹੀ ਹੋਊਗਾ। ਮਨੀ ਜੀ, ਤੁਹਾਡਾ ਨਾਮ ਲਿਖਦਾ ਵੀਰੇ ਮੈਂ, MANI, ਮਨੀ ਨੇ ਫੋਲੋ ਕੀਤਾ ਵੀ ਜੀ। ਤੁਸੀਂ ਦਵਿੰਦਰ ਲਿਖਿਆ, ਨਹੀਂ ਲਿਖਿਆ, ਯੂਜ਼ਰ 1731 ਲਿਖਤਾ ਮੈਂ, ਯੂਜ਼ਰ 1731 ਦਵਿੰਦਰ। ਹਲੋ ਜੀ, ਆਹ ਲਿਖਤਾ ਸੰਧੂ ਹੈਪੀ ਤਾਂ ਲਿਖਤਾ ਸੀ ਨਾ ਪਹਿਲਾਂ, ਸਿੰਘ ਹੈਲੋ ਸਿੰਘ। ਮਹਿਰੂਨ ਜੀ ਆਈਡੀਆ ਕੁਛ ਇਹਨਾਂ ਦੀ, ਮਹਿਰੂਨ, ਥੈਂਕ ਯੂ ਜੀ। ਠੀਕ ਹੈ ਜੀ, ਸਾਰੇ ਜਣੇ ਟੈਪ ਟੈਪ ਕਰ ਦਿਓ, ਨਾਲੇ ਉੱਪਰ ਜੋ ਨੰਬਰ ਆ ਰਿਹਾ ਹੈ ਇਹਨੂੰ ਮਾਰੋ ਚੱਕ ਕੇ, 150 ਪਾ ਦਿਓ, ਇੱਥੋਂ ਹੀ ਆਪਾਂ ਨੈਕਸਟ ਡਰੋ ਚੱਕ ਲਾਂਗੇ ਜੀ। 141 ਹੋ ਗਏ, ਸਾਰੇ ਜਣੇ ਨੰਬਰ ਲਿਖੀ ਚਲੋ ਪਲੀਜ਼, ਟੈਪ ਟੈਪ ਕਰ ਦਿਓ, ਨੰਬਰ ਲਿਖੀ ਚਲੋ, 140 ਹੋ ਗਏ। ਕੀਪ ਇਟ ਅਪ ਗਾਇਜ਼, ਭਿੰਦੇ ਰਹਿ ਗਏ ਸੀ, ਭਿੰਦੇ ਲਓ ਜੀ, ਭਿੰਦੇ ਦਾ ਡਰੋ ਵੀ ਨਿਕਲਿਆ ਇੱਕ ਦਿਨ ਹੈ ਨਾ, ਭਿੰਦੇ ਲਓ ਜੀ, 150 ਤਾਂ ਮਾਰਿਆ ਤੁਸੀਂ ਚੱਕ ਕੇ, 175 ਕਰੋ ਇਹਨੂੰ ਪਲੀਜ਼, 175 ਕਰੋ। ਆਪਾਂ ਨੈਕਸਟ ਡਰੋ ਦੀ ਜਿਵੇਂ ਕਮਿਟਮੈਂਟ ਸੀ ਕਿ 175 ਮਾਰੋ, ਆਪਾਂ ਹੁਣੀ ਕੱਢ ਦੇਣਾ ਡਰੋ। ਟਿਕਟੋਕ ਵਾਲਿਆਂ ਨੂੰ ਵੀ ਸੁਣ ਜਾਂਦਾ ਜਦੋਂ 175 ਕਹਿੰਦਾ, 175 ਕਰ ਦਿੰਦੇ ਆ ਉਹ।
175 ਕਰ ਦਿਓ, ਹੁਣੇ ਡਰਾਅ ਕਰ ਦੇਣਾ ਨੈਕਸਟ ਆਪਾਂ। ਜਿਹੜੇ ਪਹਿਲੀ ਵਾਰੀ ਆ ਰਹੇ ਸੁਰਿੰਦਰ ਕਾਲੋਂ, ਲਓ ਜੀ ਲਓ ਲਓ, ਜਿਹੜੇ ਪਹਿਲੀ ਵਾਰੀ ਆ ਰਹੇ ਪਲੀਜ਼ ਆਪਣਾ ਨਾਮ ਲਿਖਵਾ ਦਿਓ ਡਰਾਅ ਦੇ ਵਿੱਚ, ਅਤੇ ਫੋਲੋ ਜ਼ਰੂਰ ਕਰ ਲਿਓ ਚੈਨਲ ਨੂੰ, ਤੁਹਾਨੂੰ ਸਕਿਨ ਕੇਅਰ ਬਾਰੇ ਜਾਣਕਾਰੀ ਮਿਲ ਜੂਗੀ ਥੋੜ੍ਹੀ ਬਹੁਤ। ਰਾਜਦੀਪ ਕੌਰ ਵੈਲਕਮ ਹੈ ਜੀ, ਰਾਜਦੀਪ ਵਧੀਆ ਅੰਗਰੇਜ਼ ਪੁੱਤਰ ਜੀ, ਅੰਗਰੇਜ਼ ਲਿਖਤਾ ਜੀ ਮੈਂ, RP 408 ਅਰਵਿੰਦਰ ਕੌਰ ਦਾ ਲਿਖਤਾ, ਅਤੇ ਹੋਰ ਕਿਹੜਾ ਨਵਾਂ, ਕੋਈ ਹੋਰ ਕੋਈ ਨਵਾਂ ਆਇਆ ਜਿਹੜਾ ਮੈਂ ਜਿਹਦਾ ਨਾਮ ਨਹੀਂ ਲਿਖਿਆ ਹੋਇਆ, ਕੋਈ ਹੈਗਾ ਭੈਣ ਭਰਾ ਇਹੋ ਜਿਹਾ? ਕਿੰਗ ਜੱਸ ਤੁਹਾਡਾ ਲਿਖਤਾ ਬ੍ਰਦਰ, ਥੈਂਕ ਯੂ ਗਾਇਜ਼, ਥੈਂਕ ਯੂ ਫੋਰ ਦਾ ਸਪੋਰਟ, ਚੱਕ ਕੇ ਰੱਖਿਆ ਕਰੋ ਯਾਰ ਤੁਸੀਂ, ਘੈਂਟ ਆ ਬੰਦੇ ਪੂਰੇ। ਲਿਖਤਾ ਕਿੰਗ ਜੱਸ ਲਿਖਤਾ ਮੈਂ, ਜੇ ਕੋਈ ਭੈਣ ਭਰਾ ਰਹਿ ਗਿਆ ਨਾਮ ਲਿਖਣ ਲਈ ਉਹ ਮੈਨੂੰ ਲਿਖਾ ਦਿਓ ਪਲੀਜ਼, ਅਤੇ ਕੰਟੀਨਿਊ ਕਰੀਏ ਆਪਾਂ ਨੈਕਸਟ ਡਰਾਅ ਵੱਲ ਵਧੀਏ। ਸੁੱਖ, ਹਾਂ ਸੁੱਖ ਮੈਂ ਲਿਖਤਾ ਮੈਨੂੰ ਲੱਗਦਾ ਮੈਂ, ਚਲ ਐਨੀਵੇ ਮੈਨੂੰ ਯੂਜ਼ਰ ਔਜਲਾ, ਹਾਂਜੀ ਹਾਂਜੀ ਯੂਜ਼ਰ ਔਜਲਾ, ਥੈਂਕ ਯੂ ਜੀ। ਰੋਜ਼ ਕਿਹਨੇ ਭੇਜਿਆ? PS ਨੇ, ਯੂਜ਼ਰ ਔਜਲਾ। ਰਾਜਦੀਪ ਲਿਖਤਾ ਸੀਗਾ, ਯੈਸ PS ਵੀ ਲਿਖਤਾ, HS ਸਿੱਧੂ ਨਹੀਂ ਲਿਖਿਆ ਮੈਂ। ਲਓ ਜੀ HS ਸਿੱਧੂ ਸਾਹਿਬ ਵੈਲਕਮ ਟੂ ਦਾ ਲਾਈਵ, ਅਤੇ ਡਰਾਅ ਦੇ ਵਿੱਚ ਤੁਹਾਡਾ ਨਾਮ ਪਾਤਾ। ਜਿਹੜੇ ਪਹਿਲੀ ਵਾਰੀ ਆਏ ਆ ਭੈਣ ਭਰਾ, ਜਿਹੜੇ ਨਵੇਂ ਜੁਆਇਨ ਕੀਤੇ, ਜੈਸੀ ਸਿੰਘ ਪਲੀਜ਼ ਨਾਮ ਪਾ ਦਿਓ ਆਪਦਾ ਡਰਾਅ ਦੇ ਵਿੱਚ, ਫੋਲੋ ਵੀ ਕਰ ਲਿਓ। ਸਾਰੇ ਜਣੇ ਨੰਬਰ ਲਿਖੀ ਚੱਲੋ ਪਲੀਜ਼, 175 ਹੁਣੀ ਹੋ ਜਾਣੇ, 160 ਤਾਂ ਹੋ ਵੀ ਗਏ। ਸਾਰੇ ਜਣੇ ਨੰਬਰ ਲਿਖੀ ਚੱਲੋ ਪਲੀਜ਼। ਮੈਂ ਸੋਚਦਾ ਸੀ ਆਪਾਂ ਗੁੱਡ ਨਾਈਟ ਕਰਾਂਗੇ, ਪਰ ਮੈਨੂੰ ਲੱਗਦਾ ਰੌਣਕ ਲੱਗ ਗਈ ਹੈ, ਹੁਣ ਨਹੀਂ ਕਰਦੇ ਆਪਾਂ, ਅੱਗੇ ਵੱਧ ਜਾਣਾ। ਜੇ 200 ਕਰ ਦਈਏ ਆਪਾਂ ਫਿਰ ਬੱਲੇ ਬੱਲੇ ਹੋ ਜੂ, ਆਪਣਾ ਫਿਰ ਇੱਕ ਹੋਰ ਟਾਰਗੇਟ ਅਚੀਵ ਹੋ ਜੂਗਾ। 200 ਜੇ ਕਰ ਦਈਏ ਤਾਂ 160 ਹੋ ਗਏ, 175 'ਤੇ ਆਪਾਂ ਡਰਾਅ ਕੱਢ ਦੇਣਾ, ਆਹ 160 ਹੋ ਗਏ, 15 ਹੀ ਘੱਟ ਆ। ਸਾਰੇ ਟੈਪ ਟੈਪ ਇਕੱਠਾ ਕਰ ਦਿਓ, ਲਾਈਵ ਨੂੰ ਸ਼ੇਅਰ ਕਰ ਦਿਓ, 15 ਜਣਿਆਂ ਦਾ ਕੀ 1 ਮਿੰਟ 'ਚ ਆ ਜਾਣਾ। ਟੈਪ ਟੈਪ ਕਰ ਦਿਓ, ਲਾਈਵ ਨੂੰ ਸ਼ੇਅਰ ਕਰ ਦਿਓ, 1 ਮਿੰਟ 'ਚ ਹੀ 15 ਜਣੇ ਆ ਜਾਣੇ। ਜਿਹੜੇ ਪਹਿਲੀ ਵਾਰੀ ਆ ਰਹੇ ਆ ਪਲੀਜ਼ ਫੋਲੋ ਕਰ ਲਓ। ਅਤੇ ਸਿੰਘ ਜੀ ਹੈਲੋ ਜੀ, ਹੈਲੋ, ਮੈਂ ਤੁਹਾਡਾ ਨਾਮ ਪਾਤਾ ਸਿੰਘ ਵੀਰੇ, ਲਕਸੀ ਵਿੱਚ ਸਕਿਨ ਕੇਅਰ ਨੂੰ ਪ੍ਰਮੋਟ ਕਰ ਰਿਹਾ। ਜਿਹੜੇ ਪਹਿਲੀ ਵਾਰੀ ਆਏ ਜਿਹਨਾਂ ਨੂੰ ਕੁਛ ਨਹੀਂ ਪਤਾ ਇਹ ਕੀ ਹੋਈ ਜਾਂਦਾ, ਆਪਾਂ ਲਕਸੀ ਵਿੱਚ ਸਕਿਨ ਕੇਅਰ ਨੂੰ ਪ੍ਰਮੋਟ ਕਰਦੇ ਹਾਂ ਜੀ। ਇਹ ਬਹੁਤ ਅਮੇਜ਼ਿੰਗ ਪ੍ਰੋਡਕਟ ਆ ਜੀ, ਰਿਜ਼ਲਟ ਓਰੀਐਂਟਡ ਆ। ਜਦੋਂ ਤੁਸੀਂ ਇੱਕ ਵਾਰੀ ਯੂਜ਼ ਕਰ ਲੈ, ਮਹੀਨਾ 2 ਮਹੀਨੇ ਜਦੋਂ ਤੁਸੀਂ ਇਹਨਾਂ ਨੂੰ ਯੂਜ਼ ਕਰ ਲੈਂਦੇ ਆ, ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਕੋਈ ਚੀਜ਼ ਲਾਈ ਆ, ਕੋਈ ਸਕਿਨ ਦੇ ਉੱਤੇ ਚੀਜ਼ ਲਾਈ ਆ, ਤੁਹਾਨੂੰ ਪਤਾ ਲੱਗ ਜਾਂਦਾ। ਠੀਕ ਹੈ ਜੀ, ਅਮੇਜ਼ਿੰਗ ਪ੍ਰੋਡਕਟ ਨੇ ਇਹ, ਅਤੇ ਆਪਾਂ ਇਹਨਾਂ ਦੀ ਪ੍ਰਮੋਸ਼ਨ ਕਰ ਰਹੇ ਹਾਂ, ਫ੍ਰੀ ਦੇ ਵਿੱਚ ਡਰਾਅ ਕੱਢ ਰਹੇ ਹਾਂ। ਵਿਟਾਮਿਨ ਸੀ ਸਿਰਮ, ਵਿਚ ਇਜ਼ ਅਮੇਜ਼ਿੰਗ ਫੋਰ ਯੂਰ ਸਕਿਨ। ਜਿਹੜੀ ਡਲ ਸਕਿਨ ਹੁੰਦੀ ਆ ਉਹਨੂੰ ਬ੍ਰਾਈਟ ਕਰ ਦਿੰਦਾ ਵਿਟਾਮਿਨ ਸੀ ਸਿਰਮ, ਐਂਡ ਜਿਹੜੇ ਛੋਟੇ ਛੋਟੇ ਦਾਗ ਧੱਬੇ ਜਿਹੇ ਹੁੰਦੇ ਆ ਉਹਨਾਂ ਨੂੰ ਵੀ ਰਿਮੂਵ ਕਰ ਦਿੰਦਾ, ਸਕਿਨ ਨੂੰ ਬ੍ਰਾਈਟ ਕਰ ਦਿੰਦਾ। ਦਿਸ ਇਜ਼ ਐਨ ਅਮੇਜ਼ਿੰਗ ਸਿਰਮ। ਹਾਊ ਮੱਚ ਇਜ਼ ਇਟ? ਸੁਰਿੰਦਰ ਕਾਲੋਂ ਜੀ, ਇਹ ਹੈਗਾ 78 ਸਮਥਿੰਗ ਦਾ, ਪਰ ਆਪਣੀ ਵੈਬਸਾਈਟ ਦੇ ਉੱਤੇ ਇਹ $60 ਦਾ ਲੱਗਿਆ ਹੋਇਆ, ਪਰ ਆਪਾਂ ਇਹਨੂੰ ਫ੍ਰੀ ਦੇ ਵਿੱਚ ਡਰਾਅ ਕੱਢ ਰਹੇ ਹਾਂ। ਇੱਥੇ ਭੈਣ ਭਰਾ ਇਹੋ ਜਿਹੇ ਵੀ ਬੈਠੇ ਬਿੱਕ ਕਰਕੇ, ਜਿਨ੍ਹਾਂ ਨੂੰ 6-6, 7-7 ਨਿਕਲੇ ਡਰਾਅ ਸੋ ਫਾਰ। ਲੋਕੇਸ਼ਨ ਕੈਲਗਰੀ ਅਲਬਰਟਾ ਕੈਨੇਡਾ ਜੀ। ਜਿਹੜੇ ਹਰਟ ਵਾਲੇ ਆ ਇਹਨਾਂ ਦਾ ਨਾਮ ਵੀ ਵਿੱਚ ਪਾ ਦਈਏ ਆਪਾਂ, ਹਰਟ ਦਾ, ਹਰਟ ਵਾਲਿਓ ਆ ਲਓ, ਮੈਂ ਤੁਹਾਡਾ ਨਾਮ ਐਵੇਂ ਲਿਖ ਕੇ ਪਾਤਾ, ਹਰਟ ਲਿਖ ਕੇ ਪਾਤਾ ਤੁਹਾਡੇ ਵਾਸਤੇ। ਸੋ ਪਲੀਜ਼ ਫੋਲੋ ਕਰ ਲਿਓ, ਜਿਹੜੇ ਨਵੇਂ ਆ ਰਹੇ ਆ ਫੋਲੋ ਜ਼ਰੂਰ ਕਰ ਲਿਓ, ਕਿਉਂਕਿ ਜੇ ਤੁਸੀਂ ਫੋਲੋ ਨਾ ਕਰਦੇ ਹੋਏ ਫਿਰ ਡਰਾਅ ਮਿਸ ਹੋ ਜਾਣਾ ਜੀ ਤੁਹਾਡਾ, ਫਿਰ ਬੋਇਡ ਹੋ ਜਾਣਾ, ਫਿਰ ਡਰਾਅ ਨਿਕਲਿਆ ਵੀ ਹੋਇਆ ਤਾਂ ਵੀ ਉਹਦਾ ਫਾਇਦਾ ਨਹੀਂ। ਓਕੇ, ਚੱਕ ਦਿੰਦੇ ਆਪਾਂ ਇੱਥੋਂ ਹੀ, ਹੱਥ ਖਾਲੀ ਹੈ ਜੀ ਮੇਰੇ ਬਿਲਕੁਲ, ਠੀਕ ਆ। ਸਾਰਿਆਂ ਨੂੰ
ਮੈਨੂੰ ਇਹ ਹੁੰਦਾ ਕਿ ਪਾਰਦਰਸ਼ੀ ਹੋਵੇ ਕੰਮ, ਟਰਾਂਸਪੇਰੈਂਟ ਹੋਵੇ ਪੂਰਾ, ਐਂ ਨਾ ਹੋਵੇ ਕਿ ਵੀ ਕਿਸੇ ਨੂੰ ਐਂ ਨਾ ਲੱਗੇ ਵੀ ਪਰਚੀ ਪਤਾ ਨਹੀਂ ਆਪਦੇ ਕਿਸੇ ਘਰਦਿਆਂ ਦੀ ਵੀ ਚੱਕੀ ਜਾਂਦਾ ਜਾਂ ਕੀ ਹਿਸਾਬ ਕਿਤਾਬ ਆ, ਹੈ ਨਾ। ਇਹੋ ਜਿਹੀ ਕੋਈ ਗੱਲ ਨਹੀਂ, ਤਾਂਹੀਓ ਮੈਂ ਹਮੇਸ਼ਾ ਆਹ ਦੇਖੋ ਆਹ ਵੀ ਟਰਾਂਸਪੇਰੈਂਟ ਲਿਆ ਹੋਇਆ ਅਤੇ ਮੇਰਾ ਹੱਥ ਬਿਲਕੁਲ ਖਾਲੀ ਹੈ ਜੀ, ਅਤੇ ਆਹ ਦੇਖੋ ਕੁਛ ਨਹੀਂ ਹੈਗਾ ਮੇਰੇ ਹੱਥ 'ਚ, ਅਤੇ ਮੈਂ ਦੇਖਦਾ ਵੀ ਨਹੀਂ ਪਰਚੀਆਂ ਨੇ, ਅਤੇ ਪਰਚੀਆਂ ਦੀ ਪੂਰੀ ਆਪਾਂ ਐਂ ਚੰਗੀ ਤਰ੍ਹਾਂ ਸੰਨੀ ਜੀ ਵੀ ਰਲਾਤੀ ਹੈ। ਆਪਣਾ ਗੋਲ ਇਸ ਸਾਲ ਦੇ ਐਂਡ ਤੱਕ ਬਾਬਾ ਜੀ ਦੀ ਮਿਹਰ ਅਤੇ ਤੁਹਾਡੀ ਸਪੋਰਟ ਸਦਕਾ $1,00,000 ਦੇ ਡਰੋਅ ਕੱਢਣੇ ਆਪਾਂ, ਅਤੇ ਉਹ ਫੇਰ ਹੀ ਹੋਣੇ ਆ ਜੇ ਤੁਸੀਂ ਸਾਰੇ ਜਣੇ ਸਪੋਰਟ ਕਰੋਗੇ, ਠੀਕ ਹੈ ਜੀ। 5, 4, 3, 2, 1 ਹੱਥ ਖਾਲੀ ਹੈ, ਡਨ ਕਰ ਦਈਏ ਡਰਾਅ ਕਰਕੇ ਇਹ, ਬਸ ਅੱਜ ਦਾ ਡਨ ਕਰ ਦਈਏ ਕਿ ਹੋਰ ਕੱਢੀਏ, ਕੀ ਕਹਿੰਦੇ ਕਹੋਗੇ ਤੁਸੀਂ? ਜੇ ਹੋਰ ਕੱਢੋ ਕਹੋਗੇ ਤਾਂ ਜੈਸ ਲਿਖੋ, ਜੇ ਨਹੀਂ ਤਾਂ ਫਿਰ ਐਨ ਲਿਖੋ, ਜੇ ਨਹੀਂ ਤਾਂ ਸਾਰੇ ਜਣੇ ਜੈਸ ਲਿਖੋ ਜਾਂ ਐਨ ਲਿਖੋ। ਜੈਸ ਵਾਲੇ ਵਾਲੇ ਆ, ਐਨ ਵਾਲੇ 1, 2, 3 ਕੁ ਹੈਗੇ ਆ, ਉਹ ਕਹਿੰਦੇ ਜਿਹੜੇ ਐਨ ਵਾਲੇ ਉਹ ਕਹਿੰਦੇ ਨਾ ਹੋਰ ਨਾ ਕੱਢ। ਓਕੇ, ਕੱਲ੍ਹ ਲਈ ਬਚਾ ਕੇ ਰੱਖ, ਆਪਾਂ ਹੋਰ ਆ ਜਾਊਗਾ, ਆਪਣੇ ਕੋਲ ਮਾਲ ਬਥੇਰਾ ਬਾਬਾ ਜੀ ਦੀ ਮਿਹਰ ਨਾਲ, ਇੱਧਰ ਦੀ ਉੱਧਰ ਦੀ ਆ ਜਾਣਾ ਕੋਈ ਨਹੀਂ। ਓਕੇ, 5, 4, 3, 2, 1 ਠੀਕ ਹੈ ਜੀ, ਆਹ ਬੰਦ ਨਹੀਂ ਹੁੰਦਾ, ਖਰ ਮੈਂ ਵੀ ਗਲਤੀ ਹਾਂ। 5, 4, 3, 2, 1 ਬੰਨ ਕਹਿ ਕੇ ਮੈਂ ਕਰਤਾ। ਓਕੇ ਜੀ, ਹੱਥ ਖਾਲੀ ਹੈ, ਅਗਲਾ ਡਰਾਅ ਰੈਡੀ ਹੈ। ਕੌਣ ਹੈ? ਹਨੀ, 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 ਕੋਈ ਹਨੀ ਹੈਗੇ ਸੀ? ਮੈਂ ਕਿਹਾ ਹਨੀ ਦਾ ਉਹ ਬੈਠੀ ਉੱਧਰ, ਹਨੀ ਦਾ ਡਰਾਅ ਕਿੱਥੋਂ ਆ ਗਿਆ? ਹਨੀ ਹੈਗਾ ਜੀ ਕੋਈ? 5, 4, 3, 2, 1 ਇਜ਼ ਹਨੀ ਦੇਅਰ? ਇਜ਼ ਹਨੀ ਦੇਅਰ? ਨੋ ਹਨੀ, ਸ਼ੁਰੂ 'ਚ ਆਇਆ ਸੀ ਕਹਿੰਦੇ ਕੋਈ। ਓਕੇ ਨੈਕਸਟ ਜੀ, 5, 4, 3 ਫਿਰ ਵੀ ਦਿਖਾ ਰਿਹਾ ਇੱਕ ਵਾਰੀ, ਤੁਹਾਨੂੰ ਪਤਾ ਲੱਗ ਜਾਵੇ ਵੀ ਹਨੀ ਦਾ ਹੀ ਆ, ਦੇਖ ਲਓ। ਓਕੇ, 5, 4, 3, 2, 1 ਸਾਰੇ ਜਣੇ ਨੈਕਸਟ ਲਿਖੋ ਪਲੀਜ਼, ਹੁਣ ਨੈਕਸਟ ਵਾਲਾ ਸਿਲਸਿਲਾ ਚੱਲ ਪਿਆ, ਸਾਰੇ ਜਣੇ ਨੈਕਸਟ ਲਿਖੋ। ਨੋ ਬਣੀ, ਨੋ ਬਣੀ। ਓਕੇ, 5, 4, 3, 2, 1 ਜਿਹੜੇ ਪਹਿਲੀ ਵਾਰੀ ਆ ਰਹੇ ਫੋਲੋ ਕਰ ਲਓ ਜੀ। ਲਕਸੀ ਐਚ ਦੇ ਸਕਿਨ ਕੇਅਰ ਦੀ ਪ੍ਰਮੋਸ਼ਨ ਹੋ ਰਹੀ ਹੈ, ਵਿਟਾਮਿਨ ਸੀ ਸਿਰਮ ਦਾ ਡਰਾਅ ਕੱਢਿਆ ਜਾ ਰਿਹਾ। ਸੋ ਫਾਰ ਆਪਾਂ $8,000 ਦੇ ਅਪਰੋਕਸੀਮੇਟ ਡਰਾਅ ਕੱਢ ਚੁੱਕੇ ਹਾਂ, ਐਂਡ ਬਾਏ ਦਾ ਐਂਡ ਆਫ ਦਿਸ ਈਅਰ ਬਾਬਾ ਜੀ ਦੀ ਮਿਹਰ ਨਾਲ $1,00,000 ਦੇ ਡਰਾਅ ਕੱਢਣੇ ਆ, ਅਤੇ ਤੁਹਾਡੀ ਸਪੋਰਟ ਸਦਕਾ, ਠੀਕ ਹੈ ਜੀ। ਹੱਥ ਬਿਲਕੁਲ ਖਾਲੀ ਹੈ, ਚਲ ਇੱਕ ਮਿੰਟ ਪਹਿਲਾਂ ਇਹਦੀ ਗੱਲ ਸੁਣ ਲਓ ਫਿਰ ਪਲ ਕੇ। ਔਜਲਾ ਹਰਕੀਰਤ, ਔਜਲਾ ਜੀ ਤੁਸੀਂ ਇੱਥੇ ਹੈਗੇ ਆ? ਔਜਲਾ ਹਰਕੀਰਤ ਇੱਥੇ ਹੈਗੇ ਆ ਜੀ? ਔਜਲਾ ਹਰਕੀਰਤ ਇੱਥੇ ਹੈਗੇ ਆ? ਨਹੀਂ ਹੈਗੇ ਲੱਗਦਾ, ਹੈ ਨਾ। ਓਕੇ ਨੈਕਸਟ, ਆਹ ਮਲਿਕ ਨਾਲ ਆਪਾਂ ਮੈਚ ਲਾ ਲਈਏ। ਮਲਿਕ ਥੋੜ੍ਹਾ ਆਵਾਜ਼, ਮਿਊਜ਼ਿਕ ਬੰਦ ਕਰੋ ਪਹਿਲਾਂ ਪਲੀਜ਼, ਮਿਊਜ਼ਿਕ ਬੰਦ ਕਰੋ ਮਲਿਕ ਪਲੀਜ਼। You speak English? Yeah, I speak English. I said just close down the music. What Afghan Tiger again? Say Afghan Tiger. I'm speaking English. I don't speak your language, brother. I say I want to learn something. Say it. Say Afghan? What? Afghan? Mm-hmm. Say.
ਓਕੇ ਇੱਕ ਮਿੰਟ ਵੀਰੇ, ਗੋ ਆਦਾ ਇਧਰ ਸ਼ਕਤ ਮਾ ਗੇਮ ਦੇ ਕਸਮੋ ਦਰਾ ਓਕੇ ਓਕੇ ਕਦਾਈ ਕਰੇ ਚੱਕ ਬਾਰੇ ਫੋਰ ਤਾ ਗੋ 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 ਆਈ ਡੋਨਟ ਵਾਂਟ ਪਲੇ ਗੋ 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 ਐ ਕਸਮੋ ਦਾ ਗਟ ਲਾਸਟ ਕੋ ਕਰਦਾ ਆਈ ਡੋਨਟ ਨੋ ਪਤਾ ਨਹੀਂ ਕੀ ਕਹਿੰਦਾ ਸੀ, ਕੁਝ ਪਤਾ ਨਹੀਂ ਆਪਦੀ ਲੈਂਗੁਏਜ ਹੀ ਕੁਝ ਬੁਲਾਉਂਦਾ ਸੀ, ਮੈਂ ਕਿਹਾ ਮੈਂ ਭਜਾਵਾਂ ਨੂੰ, ਕਹਿੰਦਾ ਸੀ ਕੁਝ ਮੇਰੀ ਭਾਸ਼ਾ 'ਚ ਬੋਲੋ, ਪਤਾ ਨਹੀਂ ਆਈ ਡੋਨਟ ਨੋ ਉਹਦਾ ਕੀ ਮਤਲਬ ਸੀ, ਹੁਣ ਆਪਾਂ ਨੂੰ ਕੀ ਪਤਾ ਕੀ ਮਤਲਬ ਆ ਕੀ ਨਹੀਂ, ਡੱਫਰ ਜਿਹਾ ਆਦਮੀ ਪਤਾ ਨਹੀਂ ਕਿੱਥੋਂ ਆ ਗਿਆ, ਐਵੇਂ ਅਸੀਂ ਬੋਲੀ ਜਿਹੜੀ ਗੱਲ ਸਾਨੂੰ ਸਮਝ ਹੀ ਨਹੀਂ ਆਉਂਦੀ, ਸਾਨੂੰ ਕਿ ਪਤਾ ਤੂੰ ਕਿਸੇ ਨੂੰ ਗਾਲਾਂ ਕਢਾਈ ਜਾਂਦਾ ਹੋਵੇ ਕੀ ਕਹਿੰਦਾ ਸੀਗਾ ਇਹ, ਆਹ ਕੁਛ ਆਪਦੀ ਭਾਸ਼ਾ 'ਚ ਕੁਛ ਬੋਲਣਾ ਬੁਲਾਉਣਾ ਚਾਹੁੰਦਾ ਸੀ, ਆਈ ਡੋਂਟ ਨੋ ਕੀ ਕਹਿੰਦਾ ਸੀ, ਹੁਣ ਬੰਦਾ ਕੀ ਜਦੋਂ ਆਪਾਂ ਨੂੰ ਪਤਾ ਹੀ ਨਹੀਂ, ਐਨੀ ਵੇ ਦਫਾ ਕਰੋ। ਓਕੇ ਜੀ ਨੈਕਸਟ ਡਰੋ, ਬਸ ਆਪਾਂ ਹੈ ਡਨ, ਡਨ ਫੋਰ ਦਾ ਡੇ ਹੈ, ਲਾਸਟ ਡਰੋ ਫੋਰ ਦਾ ਨਾਈਟ ਹੈ ਜੀ, ਐਂਡ ਆਫਟਰ ਦੈਟ। ਅੱਛਾ ਮੈਨੂੰ ਗਲਾ ਕੱਢ ਕੇ ਕੋਈ ਨਹੀਂ, ਆਈ ਡੋਂਟ ਕੇਅਰ, ਬਥੇਰੇ ਕੁੱਤੇ ਆਉਂਦੇ ਨੇ ਇੱਥੇ, ਜਿੱਥੇ ਜਿੱਥੇ ਇੰਨੇ ਜਾਣੇ ਆਉਂਦੇ ਆ ਹੈ ਨਾ, ਉੱਥੇ ਫਿਰ ਕਤੀੜ ਕਤੂੜ ਵੀ ਵਿੱਚ ਆ ਜਾਂਦੀ ਆ ਮਾੜੀ ਮੋਟੀ, ਕੋਈ ਚੱਕਰ ਵਾਲੀ ਗੱਲ ਨਹੀਂ, ਮੈਨੂੰ ਸਿਰ ਮੱਥੇ ਆ, ਮੈਂ ਰੈਡੀ ਹਾਂ ਨਾ ਕਤੀੜਾਂ ਲਈ ਵੀ ਨਾਲ। ਓਕੇ ਬ੍ਰਦਰ, ਤੂੰ ਵੀ ਚੱਲ ਇੱਥੋਂ, ਤੈਨੂੰ ਗਾਲਾਂ ਕੱਢ ਕੇ ਗਿਆ, ਬੋਲਣ ਦੀ ਵੀ ਅਕਲ ਹੈ ਨਹੀਂ। ਓਕੇ ਜੀ ਹੱਥ ਖਾਲੀ ਹੈ ਜੀ ਬਿਲਕੁਲ, 5 4 3 2 1 ਹਾਂਜੀ, ਲਾਸਟ ਡਰੋ ਫੋਰ ਦਾ ਨਾਈਟ ਆ, ਜਿਹੜੇ ਪਹਿਲੀ ਵਾਰੀ ਆ ਰਹੇ ਆ ਪਲੀਜ਼ ਫੋਲੋ ਕਰ ਲਿਓ, ਜਿਹੜੇ ਪਹਿਲੀ ਵਾਰੀ ਆ ਰਹੇ ਆ ਫੋਲੋ ਕਰ ਲਿਓ। ਕਮਲ ਗਿੱਲ ਜੀ, ਕਮਲ ਗਿੱਲ ਜੀ ਆਰ ਯੂ ਦੇਅਰ, ਸਹੀ ਗੱਲ ਆ ਜੀ, ਆ ਕਹਿੰਦੇ ਕਹਿੰਦੇ 4 ਦਿਨ ਸ਼ੌਂਕ 'ਤੇ ਬਥੇਰੇ ਕੁੱਤੇ ਭੌਂਕਦੇ, ਪਰਵਾਹ ਨਹੀਂ ਕਰਦੀ, ਕਮਲ ਗਿੱਲ ਹੈਗੇ ਆ। ਓਕੇ ਕਮਲ ਗਿੱਲ ਜੀ ਦਾ ਸਕਰੀਨਸ਼ੋਟ ਲੈ ਲਓ ਪਲੀਜ਼, ਹੋਰ ਕੱਢ ਦਈਏ ਡਰੋ, 1 ਹੁਣ ਚੜ ਗਿਆ ਨੰਬਰ ਆਪਣਾ, 200 'ਤੇ ਮਾਰੋ ਖਿੱਚ ਕੇ, ਹੋਰ ਕੱਢ ਦਿੰਦੇ ਹਾਂ ਡਰੋ, ਆਪਾਂ ਕੰਟੀਨਿਊ ਰੱਖਦੇ ਹਾਂ। ਜਿਹੜੇ ਪਹਿਲੀ ਵਾਰੀ ਆ ਰਹੇ ਆ ਪਲੀਜ਼ ਕੰਗਰੈਚੁਲੇਸ਼ਨ ਲਿਖੋ ਇਹਨਾਂ ਨੂੰ, ਕਮਲ ਗਿੱਲ ਭੈਣ ਨੂੰ, ਕਮਲ ਗਿੱਲ ਦਾ ਸਕਰੀਨਸ਼ੋਟ ਲੈ ਲਓ ਪਲੀਜ਼, ਜਿਹੜੇ ਪਹਿਲੀ ਵਾਰੀ ਆ ਰਹੇ ਆ ਪਲੀਜ਼ ਆਪਦਾ ਨਾਮ ਲਿਖਵਾ ਦਿਓ ਪਾਰਟੀਸਪੇਟ ਕਰਨ ਲਈ ਡਰੋ ਦੇ ਅੰਦਰ, ਬੰਦੇ ਬਾਬਾ ਵੱਧ ਗਏ, ਆਪਾਂ ਛੱਡਣਾ ਨਹੀਂ ਹੁਣ ਡਰੋ ਨੂੰ, ਕੰਟੀਨਿਊ ਕਰਦੇ ਹਾਂ, ਲੈਟਸ ਕੀਪ ਡੂਇੰਗ ਦਿਸ। ਜਿਹੜੇ ਪਹਿਲੀ ਵਾਰੀ ਆ ਰਹੇ ਆ ਪਲੀਜ਼, ਮੀਤ ਮੇਰੇ ਖਿਆਲ ਪਹਿਲੀ ਵਾਰੀ ਆ ਰਹੇ ਆ, ਮੀਤ ਹੁਣ ਨਵੇਂ ਆਏ ਆ, ਜਸਦੀਪ ਗਾਬਰਲਾ ਗਾਬਰੀਆ, ਜਿਹੜੇ ਨਵੇਂ ਆਏ ਆ ਫੋਲੋ ਜ਼ਰੂਰ ਕਰ ਲਿਓ ਪੀਸ। ਚੰਨ ਸੁਪਰ ਮੋਮ, ਚੰਨ ਆ ਗਿਆ ਜੀ, CHANN ਸੁਪਰ ਮੋਮ ਆ ਗਏ ਜੀ, ਜਿਹੜੇ ਪਹਿਲੇ ਦਿਨ ਆ ਰਹੇ ਆ ਪਲੀਜ਼ ਫੋਲੋ ਕਰ ਲਿਓ ਚੈਨਲ ਨੂੰ, ਕਿਉਂਕਿ ਜੇ ਤੁਸੀਂ ਫੋਲੋ ਨਾ ਕਰਦੇ ਹੋਏ ਫਿਰ ਡਰੋ ਨਿਕਲ ਕੇ ਵੀ ਬੇਕਾਰ ਹੋ ਜਾਣਾ ਜੀ। ਹਰਜਸ 9598 ਸਤਿ ਸ਼੍ਰੀ ਅਕਾਲ ਐਵਲਨ, ਐਵਲਨ ਹਰਜਸ, ਕੰਟੀਨਿਊ ਰੱਖਾਂਗੇ ਜੀ ਆਪਾਂ, ਬੰਦੇ ਵਾਹਵਾ ਵੱਧ ਗਏ ਆ। ਸਤਵਿੰਦਰ ਵੈਲਕਮ ਜੀ, ਸਤਿ ਸ਼੍ਰੀ ਅਕਾਲ, ਅਤੇ ਜਦੋਂ ਰੌਣਕ ਲੱਗਦੀ ਆ ਫਿਰ ਨਹੀਂ ਛੱਡ ਕੇ ਜਾਣ ਨੂੰ ਜੀ ਕਰਨਾ, ਫਿਰ ਐਂ ਹੁੰਦਾ ਵੀ ਚੱਲਣ ਦੇ। ਆਪਾਂ ਲਕਸੀ ਵਿੱਚ ਸਕਿਨ ਕੇਅਰ ਨੂੰ ਪ੍ਰਮੋਟ ਕਰ ਰਹੇ ਹਾਂ, ਜਿਹੜੇ ਪਹਿਲੀ ਵਾਰੀ ਆ ਜਿਨ੍ਹਾਂ ਨੂੰ ਪਤਾ ਨਹੀਂ ਅਸੀਂ ਕੀ ਕਰਦੇ ਹਾਂ, ਅਸੀਂ ਤਕਰੀਬਨ $8,000 ਦੇ ਡਰੋ ਕੱਢ ਚੁੱਕੇ ਹਾਂ। ਹਾਂਜੀ ਮੀਤ ਮੈਂ ਦੱਸ ਰਿਹਾ ਤੁਹਾਨੂੰ,
ਆਪਾਂ ਲਾਕਸੀਏ 'ਚ ਸਕਿਨ ਕੇਅਰ ਦੀ ਪ੍ਰਮੋਸ਼ਨ ਕਰ ਰਹੇ ਹਾਂ, ਵਿਟਾਮਿਨ ਸੀ ਸਿਰਮ ਦਾ ਡਰਾਅ ਕੱਢ ਰਹੇ ਹਾਂ ਜਿਹੜਾ ਕਿ $80 ਦਾ ਔਫ ਕਰਕੇ ਵੈਬਸਾਈਟ ਦੇ ਉੱਤੇ ਲੱਗਾ ਹੋਇਆ, $60 ਦਾ ਮੇਰੀ ਵੈਬਸਾਈਟ ਬਾਇਓ ਦੇ ਵਿੱਚ ਲਿੰਕ ਹੈਗਾ, ਐਂਡ ਇਹ ਫ੍ਰੀ ਕੱਢ ਰਹੇ ਹਾਂ ਜੀ ਆਪਾਂ। ਹਾਏ ਕੈਰਨ, ਹਾਉ ਆਰ ਯੂ? ਹਾਏ ਕੈਰਨ ਜੀ, ਵੀਰ ਕਿਵੇਂ? ਮਾਨ ਪੀ ਵੀ ਦੱਸ, ਵਧੀਆ ਜੀ। ਕੈਰਨ ਆਏ ਆ ਜੀ, ਕੈਰਨ ਯੂਜ਼ਰ 020 ਕੈਰਨ, ਕੈਰਨ ਆਈ ਜਸਟ ਪੁੱਟ ਯੂਅਰ ਨੇਮ ਇਨ ਦਾ ਡਰਾ। ਓਕੇ, ਕੌਰ ਹਰਮਨ, ਜਿਹੜੇ ਪਹਿਲੀ ਵਾਰੀ ਆ ਰਹੇ ਆ ਪਲੀਜ਼ ਫੋਲੋ ਕਰ ਲਿਓ ਜੀ, ਅਤੇ ਡਰਾ ਦੇ ਵਿੱਚ ਨਾਮ ਤੁਹਾਡਾ ਐਡ ਹੋ ਰਿਹਾ, ਅਤੇ ਜੇ ਡਰਾਅ ਨਿਕਲਿਆ ਤਾਂ ਫੋਲੋ ਕਰਦੇ ਹੋਣਾ ਜ਼ਰੂਰੀ ਹੈ, ਜੇ ਤੁਸੀਂ ਨਾ ਫੋਲੋ ਕਰਦੇ ਹੋਏ ਫਿਰ ਡਰਾਅ ਅਵੋਇਡ ਹੋ ਜਾਂਦਾ ਜੀ, ਕਿਉਂਕਿ ਆਪਾਂ ਪਹਿਲਾਂ ਹੀ ਦੱਸਤਾ ਨਾ ਕਿ ਆਹੀ ਕੰਡੀਸ਼ਨ ਹੈ। ਥੈਂਕ ਯੂ ਜੀ, ਕਰ ਲਿਆ ਫੋਲੋ ਚੰਨ ਜੀ, ਥੈਂਕ ਯੂ ਵੀਰੇ। ਸਤਿ ਸ਼੍ਰੀ ਅਕਾਲ ਭੱਟੀ ਹੀਅਰ, ਭੱਟੀ ਸਾਹਿਬ ਵੈਲਕਮ ਜੀ, ਯੂਜ਼ਰ 323 ਭੱਟੀ, ਭੱਟੀ ਯੂਜ਼ਰ 323 ਇਨਵਾਈਟ, ਪਤਾ ਨਹੀਂ ਕੌਣ ਹੈ। ਗੀਤ ਸੰਧੂ ਖੋਸਾ ਜੀ, ਵੈਲਕਮ ਗੀਤ ਜੀ, ਸੰਧੂ ਖੋਸਾ, ਰਾਣੀ ਡਿੱਡ ਜੀ ਪੁੱਟ, ਹਾਂਜੀ ਹਾਂਜੀ ਰਾਣੀ ਜੀ, ਤੁਹਾਡਾ ਨਾਮ ਬੱਚੇ ਆ, ਪਹਿਲੀਆਂ 'ਚ ਹੀ ਪਤਾ ਸੀਗਾ। ਓਕੇ ਜੀ, ਹੋਰ ਕੋਈ ਹੈਗਾ ਭੈਣ ਭਰਾ ਜਿਹੜਾ ਨਵਾਂ ਆਇਆ ਜਿਹਨਾਂ ਦਾ ਨਾਮ ਨਹੀਂ ਲਿਖਿਆ ਹੋਇਆ? ਆਪਾਂ ਜਸ ਚਾਹਲ, ਅੱਛਾ ਪੀਸ ਮਿੰਨੀ, ਪੀਸ PEACE, ਗਾਂ ਕੀ ਸੀਗਾ, ਪੀਸ ਤੋਂ ਬਾਅਦ ਕੁਛ ਸੀਗਾ ਇੱਥੇ। ਬਰਾਜ਼ਾ, ਹੋਪ ਯੂ ਹੈਵ ਅ ਗ੍ਰੇਟ ਡੇ, ਥੈਂਕ ਯੂ ਯੂ ਟੂ ਬਰਾਜ਼ਾ, ਨੋ ਵਰੀਸ ਬਰਾਜ਼ਾ, ਵੀ ਆਰ ਡੂਇੰਗ ਅ ਡਰਾਅ। ਹੂ ਇਜ਼ ਦੇਅਰ ਹੂ ਇਜ਼ ਨੋਟ ਅੰਡਰਸਟੈਂਡਿੰਗ ਪੰਜਾਬੀ ਹਿੰਦੀ? ਇਜ਼ ਦੇਅਰ ਐਨੀਬਡੀ ਹੂ ਇਜ਼ ਅੰਡਰਸਟੈਂਡਿੰਗ ਇੰਗਲਿਸ਼ ਓਨਲੀ ਐਂਡ ਨੋਟ ਮਾਈ ਲੈਂਗੁਏਜ? ਇਜ਼ ਦੇਅਰ ਐਨੀਬਡੀ ਹੂ ਇਜ਼ ਨੋਟ ਅੰਡਰਸਟੈਂਡਿੰਗ ਮਾਈ ਲੈਂਗੁਏਜ? ਰੋਬ 007, ਸਤਿ ਸ਼੍ਰੀ ਅਕਾਲ ਜੀ, ਚੱਕਰ ਕੀ ਆ ਰੋਬ? ਪਹਿਲਾਂ ਤਾਂ ਤੁਹਾਨੂੰ ਮੈਂ ਤੁਹਾਡਾ ਨਾਮ ਡਰਾ 'ਚ ਪਾਵਾਂ। ਰੋਬ ਆਈ ਐਮ ਪ੍ਰਮੋਟਿੰਗ ਲਕਸੀਏ 'ਚ ਸਕਿਨ ਕੇਅਰ ਪ੍ਰੋਡਕਟਸ, ਐਂਡ ਥੈਂਕ ਯੂ ਫੋਰ ਸੇਇੰਗ ਮਾਈ ਨੇਮ ਭਾਅ ਜੀ, ਰੀਲੀ ਅਪਰੀਸ਼ੀਏਟ, ਯੂ ਆਰ ਵੈਲਕਮ ਜੀ, ਨੋ ਪ੍ਰੋਬਲਮ। ਓਕੇ, ਵੀ ਆਰ ਪ੍ਰਮੋਟਿੰਗ ਲਕਸੀਏ 'ਚ ਸਕਿਨ ਕੇਅਰ, ਵਿਟਾਮਿਨ ਸੀ ਸਿਰਮ ਇਜ਼ ਦਾ ਡਰਾ, ਐਂਡ ਵੀ ਹੈਵ ਡਨ ਸੋ ਫਾਰ ਆਲਮੋਸਟ, ਸਾਰੇ ਜਣੇ ਦੱਸੋਗੇ ਪਲੀਜ਼, ਕੈਨ ਯੂ ਐਵਰੀਬਡੀ ਪਲੀਜ਼ ਟੈਲ ਹਾਊ ਮੱਚ ਡਰਾਅਜ਼ ਵੀ ਹੈਵ ਡਨ ਸੋ ਫਾਰ? ਸਾਰੇ ਜਣੇ ਪਲੀਜ਼ ਦੱਸਿਓ ਹਾਊ ਮੱਚ ਵੀ ਹੈਵ ਡਨ ਸੋ ਫਾਰ ਦਾ ਡਰਾਅ। ਢਿੱਲੋ ਮੀਨੂ ਸੈਡ $8,000, ਹੈਰੀ ਗੈਲ ਸੈਡ $8,500, ਗੌਤਮ ਸੈਡ $7,500, ਸੋ ਵੀ ਹੈਵ ਆਲਮੋਸਟ ਲਾਈਕ ਅਪਰੋਕਸੀਮੇਟ $8,000 ਡਰਾਅਜ਼ ਵੀ ਹੈਵ ਆਲਰੇਡੀ ਡਨ ਅਰਾਊਂਡ 8K, ਯੈਸ ਯੂ ਆਰ ਰਾਈਟ, ਐਂਡ ਅਵਰ ਟਾਰਗੇਟ ਇਜ਼ $100,000 ਬਾਏ ਦਾ ਐਂਡ ਆਫ ਦਿਸ ਈਅਰ, ਅਵਰ ਟਾਰਗੇਟ ਇਜ਼ ਫੋਰ ਦਾ ਗਿਵ ਅਵੇ ਡਰਾ $100,000 ਬਾਏ ਦਾ ਐਂਡ ਆਫ ਦਿਸ ਈਅਰ, ਹੂ ਇਜ਼ ਥਿੰਕਿੰਗ ਦੈਟ ਵੀ ਕੈਨ ਡੂ ਇਟ? ਕਿਹਨੂੰ ਕਿਹਨੂੰ ਲੱਗਦਾ ਕਿ ਆਪਾਂ ਇਹ ਕਰ ਲਵਾਂਗੇ, ਆਪਦਾ ਗੋਲ ਮਿਲ ਜੂਗਾ ਆਪਣਾ? ਸੈਂਡੀਗਲ ਲਿਖਦਾ ਯੂਜ਼ਰ 746 ਸੈਂਡੀ, ਕਿਹਨੂੰ ਕਿਹਨੂੰ ਲੱਗਦਾ ਆਪਾਂ ਇਹ ਗੋਲ ਅਚੀਵ ਕਰ ਲਵਾਂਗੇ? ਹੂ ਥਿੰਕ ਯੈਸ ਵੀ ਕੈਨ, ਮੈਨੂੰ ਸਰ ਯੈਸ ਯੂ ਕੈਨ ਡੂ ਇਟ, ਥੈਂਕ ਯੂ ਜੀ ਧਾਲੀਵਾਲ ਸਾਹਿਬ, ਬੇਅੰਤ ਧਾਲੀਵਾਲ ਔਕਲੈਂਡ, ਮੈਂ ਤੁਹਾਡਾ ਨਾਮ ਲਿਖ ਰਿਹਾ ਡਰਾਅ ਦੇ ਵਿੱਚ।
ਇੱਕ ਗੱਲ ਹੋਰ ਦੱਸੋ ਸਾਰੇ ਜਾਣੇ, ਜਿੱਦਾਂ ਆਪਾਂ ਇਹ ਟਾਰਗੇਟ ਰੱਖਿਆ ਸੀਗਾ, ਮਿੱਥਿਆ ਸੀਗਾ, ਹੈ ਨਾ, ਵੀ ਵਿਲ ਬੀ ਏਬਲ ਟੂ ਡੂ ਇਟ ਬਾਏ ਦਾ ਈਅਰ ਐਂਡ ਫੋਰ ਸ਼ੋਰ। ਥੈਂਕ ਯੂ ਨਾਗਰਾ ਜੀ। ਜਿਸ ਦਿਨ ਆਪਾਂ ਇਹ ਟਾਰਗੇਟ ਰੱਖਿਆ ਸੀਗਾ, ਹੈ ਨਾ, ਥੈਂਕ ਯੂ ਚੰਨ ਸਾਹਿਬ, ਜਿਸ ਦਿਨ ਇਹ ਟਾਰਗੇਟ ਆਪਾਂ ਰੱਖਿਆ ਸੀ, ਹੈ ਨਾ, ਉਸ ਦਿਨ ਆਪਾਂ ਨੂੰ ਇੰਨਾ ਯਕੀਨ ਜਿਹਾ ਨਹੀਂ ਸੀਗਾ। ਸੱਚੀ ਮੈਂ ਆਪਦੀ ਗੱਲ ਦੱਸਦਾ, ਮੈਨੂੰ ਆਪਦਾ ਯਕੀਨ ਜਿਹਾ ਨਹੀਂ ਸੀ ਕਿ $1,00,000 ਦਾ ਡਰਾਅ ਵੀ ਆਪਾਂ ਕਰ ਸਕਾਂਗੇ, ਪਰ ਹੁਣ ਇਹ ਗੱਲ ਈਜ਼ੀ ਲੱਗਣੀ ਸ਼ੁਰੂ ਹੋ ਗਈ ਹੌਲੀ ਹੌਲੀ ਕਰਕੇ। ਬਿਲੀਫ ਸਿਸਟਮ ਆ ਜਿਹੜਾ ਆਪਣਾ ਬ੍ਰੇਨ ਦੇ ਅੰਦਰ ਆ, ਉਹਨੇ ਜਿਵੇਂ ਇਹ ਗੱਲ ਮੰਨ ਲਈ ਆ, ਮੇਰਾ ਖਿਆਲ ਆ ਉਹਨੂੰ ਯਕੀਨ ਹੋ ਚੱਲਿਆ ਕਿ ਹਾਂ ਵੀ ਇਹ ਹੋ ਜੂਗਾ। ਬਿਲੀਫ ਸਿਸਟਮ ਨੂੰ ਯਕੀਨ ਹੋ ਚੱਲਿਆ ਮੇਰੇ ਨੂੰ ਵੀ ਇਹ ਹੋ ਜੂਗਾ। ਕਿਹਦਾ ਕਿਹਦੇ, ਤੁਹਾਨੂੰ ਸੀਰੀਅਸਲੀ ਦੱਸੋ, ਕਿਹਦਾ ਕਿਹਦਾ ਬਿਲੀਫ ਸਿਸਟਮ ਮੰਨ ਰਿਹਾ ਕਿ ਹਾਂ ਇਹ ਸੱਚੀ ਹੋ ਸਕਦਾ, ਅਤੇ ਕਿਹਦਾ ਲੱਗਦਾ ਵੀ ਨਹੀਂ ਯਾਰ ਇਹ ਲਿਟਲ ਟਫ ਆ, ਵੱਡਾ ਗੋਲ ਆ। ਜਿਹਨੂੰ ਲੱਗਦਾ ਬਿਗ ਗੋਲ ਆ, ਹੈ ਨਾ, ਉਹ ਬਿਗ ਲਿਖ ਦਿਓ। ਜਿਹਨੂੰ ਲੱਗਦਾ ਵੀ ਨਹੀਂ ਨਹੀਂ ਹੋ ਜਾਣਾ, ਕੋਈ ਚੱਕਰ ਹੀ ਨਹੀਂ, ਉਹ ਹਾਂ ਮੀਨ ਜਿਵੇਂ ਤੁਸੀਂ ਲਿਖਦੇ ਆ। ਦਿਲ ਸਾੜ ਰੱਖਿਆ, ਕੀ ਕਹਿੰਦੇ, ਦਿਲ ਸਾੜ ਰੱਖਿਆ, ਦਿਲ ਸੱਟ ਰੱਖੀ ਸਭ ਹੋ ਜੂ। ਅੱਛਾ 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 ਅੱਛਾ, ਦਿਲ ਰੱਖੋ ਕਹਿੰਦੇ ਸਾਰਾ ਕੁਛ ਹੋਜੂਗਾ। ਅੱਛਾ ਵੈਰੀ ਗੁੱਡ, ਕਿਆ ਬਾਤ ਹੈ, ਹੋ ਜਾਣਾ ਹੋ ਜਾਣਾ, ਦਿਲ ਸਾਫ਼ ਰੱਖੋ ਸਭ ਕੁਛ ਹੋਜੂਗਾ ਫਿਰ ਸ਼ੋਰ। ਯੈਸ ਯੈਸ, ਹੋ ਜਾਣਾ ਬ੍ਰਦਰ, ਲੱਕ ਗੁੱਡ ਲੱਕ, ਥੈਂਕ ਯੂ। ਦਿਲ ਸਾਫ਼ ਰੱਖ ਲਓ, ਹੋ ਜਾਣਾ, ਸਹੀ ਹੈ ਜੀ। ਇਟਸ ਆਈ ਬਟ ਆਈ ਫੀਲ ਇਟਸ ਹਿਊਜ, ਪਰ ਜੇ ਹੋ ਗਿਆ ਤਾਂ ਅਮੇਜ਼ਿੰਗ ਆ, ਇਸ ਤੋਂ ਉੱਪਰ ਫਿਰ ਕੁਛ ਨਹੀਂ। ਫਿਰ ਦੁਨੀਆ 'ਚ ਜਿਵੇਂ ਅਨੁਪਮ ਖੈਰ ਆਉਂਦੀ ਹੈ ਨਾ, ਇੱਕ ਫਿਲਮ ਸਟਾਰ ਆ, ਤੁਸੀਂ ਸਾਰੇ ਹੀ ਜਾਣਦੇ ਹੋਣੇ ਅਨੁਪਮ ਖੈਰ ਨੂੰ। ਉਹਦਾ ਸ਼ੋਅ ਆਉਂਦਾ ਹੁੰਦਾ ਸੀ ਕਿ ਉਹਦੇ ਵਿੱਚ ਉਹ ਦੱਸਦਾ ਹੁੰਦਾ ਸੀਗਾ ਕਿ ਜਿਵੇਂ ਬਹੁਤ ਲੋਕ ਇੱਕ ਜਮ੍ਹਾਂ ਥੱਲੜੇ ਲੈਵਲ ਤੋਂ ਉੱਠ ਕੇ ਉਹ ਨੈਕਸਟ ਲੈਵਲ 'ਤੇ ਪਹੁੰਚ ਜਾਂਦੇ ਸੀ, ਅਤੇ ਉਹਦੇ 'ਚ ਹੁੰਦਾ ਸੀ ਕਿ ਕੁਛ ਵੀ ਹੋ ਸਕਦਾ ਹੈ। ਸ਼ੋਅ ਦਾ ਨਾਮ ਸੀਗਾ ਕੁਛ ਵੀ ਹੋ ਸਕਦਾ ਹੈ, ਯੂਟਿਊਬ 'ਤੇ ਜਾ ਕੇ ਦੇਖ ਲਿਓ ਜਿਹਦਾ ਦਿਲ ਕਰਦਾ ਦੇਖਣ ਨੂੰ। ਸ਼ੋਅ ਦਾ ਨਾਮ ਹੈ ਕੁਛ ਵੀ ਹੋ ਸਕਦਾ ਹੈ। ਜਦੋਂ ਤੁਸੀਂ ਉਹ ਸ਼ੋਅ ਦੇਖਦੇ ਹੋ ਦੈਨ ਯੂ ਗੈਟ ਪੋਜ਼ਿਟਿਵ ਕਿ ਹਾਂ ਵੀ ਦੁਨੀਆ ਦੇ ਵਿੱਚ ਕੁਛ ਵੀ ਹੋ ਜਾਂਦਾ। ਤੁਸੀਂ ਲਾਈਕ ਤੁਹਾਨੂੰ ਲੱਗਦਾ ਹੁੰਦਾ ਕਿ ਇਹ ਚੀਜ਼ ਤਾਂ ਬਹੁਤ ਵੱਡੀ ਆ, ਇਹ ਤਾਂ ਹੋ ਨਹੀਂ ਸਕਦੀ, ਐਂ ਕਿਵੇਂ ਹੋਜੂ, ਫਿਰ ਉਹ ਲੋਕਾਂ ਦੀਆਂ ਸਟੋਰੀਆਂ ਸੁਣਾਉਂਦੇ ਆ। ਜਸਟ ਬੀ ਪੋਜ਼ਿਟਿਵ। ਯੈਸ ਆਈ ਵਾਚਡ, ਸੰਦੀਪ ਸਰਾਂ ਕਹਿੰਦੇ ਮੈਂ ਦੇਖਿਆ, ਮੈਂ ਵੀ ਦੇਖਿਆ ਹੋਇਆ ਉਹ। ਭਾਅ ਜੀ ਜਿਨ੍ਹਾਂ ਨੂੰ ਸੱਚੀ ਨੀਡ ਆ ਪ੍ਰੋਡਕਟ ਦੀ, ਤੁਸੀਂ ਓਨੈਸਟ ਰਿਵਿਊ ਲਈ ਉਹਨਾਂ ਨੂੰ ਗਿਫਟ ਕਰ ਦਿਓ ਪ੍ਰੋਡਕਟ। ਨੈਬ ਮੈਂ ਲਾਈਕ ਮੈਨੂੰ ਹੁਣ ਐਂ ਆ ਦੇਖੋ, ਹੈ ਨਾ, ਵੀ ਨੀਡ ਸਕਿਨ ਕੇਅਰ ਤਾਂ ਤਕਰੀਬਨ ਸਾਰਿਆਂ ਨੂੰ ਹੀ ਚਾਹੀਦਾ ਹੁੰਦਾ, ਹੈ ਨਾ, ਸਕਿਨ ਕੇਅਰ ਸਾਰਿਆਂ ਨੂੰ ਹੀ ਚਾਹੀਦਾ। ਅਤੇ ਦੂਜੀ ਗੱਲ ਆ ਕਿ ਆਪਾਂ ਡਰੋਅ ਕੱਢ ਰਹੇ ਹਾਂ, ਹੈ ਨਾ, ਜਿਹਦਾ ਨਿਕਲਿਆ ਨਿਕਲਿਆ, ਰੱਬ ਵੱਲੋਂ ਜਿਹਦੀ ਕਿਸਮਤ 'ਚ ਹੋਇਆ ਉਹਨੂੰ ਮਿਲ ਜੂਗਾ, ਹੈ ਨਾ। ਹਾਂਜੀ ਥੈਂਕ ਯੂ। ਅਤੇ ਹਾਂ ਯੈਸ ਯੂ ਰਾਈਟ, ਪਰ ਆਪਾਂ ਉਹਦੇ ਲਈ ਟਰਾਈ ਕਰਦੇ ਹਾਂ, ਹੈ ਨਾ, ਕਿ ਵੀ ਹਵ ਡਾਰਕ ਸਰਕਲ 'ਚ। ਕੌਰ ਜੀ, ਜੇ ਤੁਹਾਡੇ ਕੋਲ ਡਾਰਕ ਸਰਕਲ ਆ, ਯੂ ਸ਼ੁੱਡ ਯੂਜ਼ ਦਿਸ ਫੋਰ ਸ਼ੋਰ, ਇਟਸ ਗੋਇੰਗ ਟੂ ਹੈਲਪ ਯੂ ਫੋਰ ਸ਼ੋਰ। ਸਕਿਨ ਕੇਅਰ ਵਿਟਾਮਿਨਸ ਲਓ, ਹਾਂਜੀ ਹਾਂਜੀ, ਸਾਰਾ ਕੁਛ ਚਾਹੀਦਾ, ਹੈ ਨਾ ਤੁਹਾਨੂੰ, ਪਰ ਸਾਰੇ ਜਣੇ ਵਿਟਾਮਿਨ ਖਾ ਹੀ ਰਹੇ ਹੁੰਦੇ ਰਿਚ ਲੇਡੀ, ਪਰ ਫਿਰ ਵੀ ਉਹਨਾਂ ਨੂੰ, ਹਾਂ GPAT ਮੈਂ ਤੁਹਾਡਾ ਨਾਮ ਪਾ ਤਾ, ਫਿਰ ਵੀ ਉਹਨਾਂ ਨੂੰ ਨਾ ਪ੍ਰੋਡਕਟਸ ਦੀ ਲੋੜ ਹੁੰਦੀ ਆ ਇਹਨਾਂ ਦੀ, ਹਰੀ ਅਪ ਪਲੀਜ਼, ਫਿਰ ਵੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ, ਇਹਨਾਂ ਨਾਲ ਹੈਲਪ ਬਹੁਤ ਹੁੰਦੀ ਆ।
ਸਾਰਿਆਂ ਨੂੰ ਮੇਰੀ ਵਾਈਫ ਆ ਹੁਣ ਹੈ ਨਾ, ਉਹ ਸ਼ੀ ਇਜ਼ ਡੂਇੰਗ ਐਕਸਰਸਾਈਜ਼, ਸ਼ੀ ਇਜ਼ ਡੂਇੰਗ ਰੀਅਲੀ ਗੁੱਡ ਡਾਇਟ, ਸਭ ਕੁਛ ਪਰਫੈਕਟਲੀ ਆ, ਪਰ ਉਹਦੇ ਸਕਿਨ ਦੇ ਉੱਤੇ ਕਿੰਨਾ ਹੀ ਕੁਛ ਸੀਗਾ ਜਿਹੜਾ ਹੁਣ ਕਲੀਅਰ ਹੋ ਗਿਆ। ਇਹ ਤੋਂ ਬਾਅਦ ਵੰਸ ਸ਼ੀ ਸਟਾਰਟ ਯੂਜ਼ਿੰਗ ਦੀਜ ਪ੍ਰੋਡਕਟਸ ਲੈਕਸੀ ਐਚ, ਹਰ ਫੇਸ ਲਾਈਕ ਵੇ ਬੈਟਰ, 30% ਇੰਪਰੂਵ ਹੋ ਗਿਆ। ਲੈਟਸ ਸੇ ਜੇ ਉਹ 70% ਸੀ ਅੱਗੇ, ਤਾਂ ਉਹ 100% 'ਤੇ ਚਲਾ ਗਿਆ, ਸੋ ਵਿਚ ਇਜ਼ ਅਮੇਜ਼ਿੰਗ, ਲਾਈਕ ਬਹੁਤ ਡਿਫਰੈਂਸ ਆ ਇੱਕ ਮਹੀਨੇ ਨਾਲ ਓਨਲੀ। ਹਾਂ ਗੁਰੈਸ਼ ਤੁਸੀਂ ਦੇਖਿਆ ਉਹਨਾਂ ਦਾ ਫੇਸ ਹੈ ਨਾ, ਇੱਕ ਸਿਰਫ 1 ਮੰਥ ਦੇ ਨਾਲ। ਅਤੇ ਇਹਦੇ ਇੱਥੇ ਰਵੂ ਆ ਆਪਣੇ ਕੁੜੀ ਇੱਥੇ ਵਿੱਚ ਹੀ ਆ, ਕੋਈ ਐਂ ਥੋੜ੍ਹੀ ਵੀ ਉਹ ਪਹਿਲਾਂ ਖਾਂਦੇ ਨਹੀਂ ਸੀਗੇ, ਉਹ ਪਹਿਲਾਂ ਵਿਟਾਮਿਨ ਤਾਂ ਸਾਰੇ ਖਾ ਰਹੇ ਨੇ, ਸਾਰਾ ਕੁਛ ਖਾਈ ਜਾਂਦੇ ਆ। ਇੱਥੇ ਰਵੂ ਆ, ਰਵੂ ਦਾ 6 ਡੇ ਦੇ ਵਿੱਚ ਫੇਸ ਕਲੀਨ ਹੋ ਗਿਆ ਇੱਥੋਂ। ਮੇਰੀ ਸਕਿਨ 'ਤੇ ਵੀ ਬਹੁਤ ਐਕਨੀ ਪ੍ਰੋਬਲਮ ਆ ਅਤੇ ਸਕਾਰ ਵੀ ਰਿਮੂਵ ਨਹੀਂ ਹੋ ਰਹੇ। ਨੈਬ ਤੁਸੀਂ ਐਕਨੀ ਲਈ ਮੇਰੇ ਕੋਲ ਬੈਲੈਂਸ ਹੈਗਾ, ਐਕਨੀ ਲਈ ਇੱਕ ਆਹ ਪ੍ਰੋਡਕਟ ਆ, ਇੱਕ ਆਹ ਹੈਗਾ ਕਲੈਂਜ਼ਰ, ਆਹ ਹੈਗਾ ਟੋਨਰ, ਇੱਕ ਬੈਲੈਂਸ ਆ ਅਤੇ ਇੱਕ ਆਹ ਮੋਇਸਚਰਾਈਜ਼ਰ ਆ। ਤੁਹਾਨੂੰ ਆਹ ਪ੍ਰੋਡਕਟ ਚਾਹੀਦੇ ਆ ਅਤੇ ਇਹਦੇ ਨਾਲ ਤੁਹਾਡੀ ਫੋਰ ਸ਼ੋਰ ਹੈਲਪ ਹੋਊਗੀ, ਐਂ ਨਹੀਂ ਹੈਗਾ ਕਿ ਹੈਲਪ ਨਹੀਂ ਹੁੰਦੀ। ਥੈਂਕ ਯੂ ਥੈਂਕ ਯੂ ਥੈਂਕ ਯੂ, ਇਟਸ ਰੀਅਲੀ ਵਰਕਿੰਗ ਵੈਰੀ ਗੁੱਡ ਪ੍ਰੋਡਕਟ। ਜਾਨੀ ਗਰੇਵਾਲ ਤੁਹਾਨੂੰ ਕਿੰਨੇ ਦਿਨ ਹੋ ਗਏ ਯੂਜ਼ ਕਰਦਿਆਂ ਨੂੰ ਜੀ? ਥੈਂਕ ਯੂ ਦੀਪ, ਥੈਂਕ ਯੂ ਥੈਂਕ ਯੂ। ਮਾਈ ਨੇਮ ਲਿਖ ਲਓ ਪਲੀਜ਼, ਗੁਰਫਤਿਹ ਸਿੰਘ ਧਾਲੀਵਾਲ। ਹਾਂਜੀ ਮੈਂ ਲਿਖਦਾ ਹਾਂਜੀ। ਇਹ ਚਾਰੋਂ ਕਿੰਨੇ ਦੇ ਆ ਟੋਟਲ? ਇਹ 4 ਦਿਨ ਹੋਏ ਹਜੇ। ਅੱਛਾ 4 ਦਿਨ ਹੀ ਹੋਏ ਆ, 4 ਦਿਨਾਂ 'ਚ ਤਾਂ ਤੁਹਾਨੂੰ ਕੋਈ ਫਰਕ ਨਹੀਂ ਨਜ਼ਰ ਆਉਂਦਾ ਹੋਣਾ ਕਿ ਆਇਆ ਕੁਛ ਫਰਕ ਡਿਫਰੈਂਸ ਇੰਨੀ ਛੇਤੀ? ਆਈ ਥਿੰਕ 10-15 ਦਿਨ ਤਾਂ ਘੱਟੋ ਘੱਟ ਲੱਗਦੇ ਹੋਣੇ। ਰਬੂ ਨੂੰ ਤਾਂ 6 ਡੇਜ਼ 'ਚ ਹੀ ਹੋ ਗਿਆ, ਆਈ ਡੋਂਟ ਨੋ ਹਾਓ, ਪਰ ਨੋਰਮਲੀ ਮੈਂ ਜੋ ਸੋਚਦਾ ਮੇਰੇ ਵੀ ਡਾਰਕ ਸਰਕਲ ਆ। ਹਾਂਜੀ ਸਤਵਿੰਦਰ ਜੀ, ਮਹੀਨੇ ਕੁ ਦੇ ਵਿੱਚ ਜਿੰਨਾ ਇਹ ਡਾਰਕ ਸਰਕਲ ਹੈਗਾ 20-25 ਦਿਨਾਂ ਦੇ ਵਿੱਚ ਉਹਨਾਂ ਨੂੰ ਡਿਫਰੈਂਸ ਨਜ਼ਰ ਆਉਣ ਲੱਗ ਜਾਂਦਾ। ਸਾਰਿਆਂ ਦੀ ਅਡੋਡੀ ਸਕਿਨ ਆ, ਪਰ ਡਿਫਰੈਂਸ ਜ਼ਰੂਰ ਨਜ਼ਰ ਆ ਜਾਂਦਾ ਤੁਹਾਨੂੰ 20-25 ਦਿਨਾਂ ਬਾਅਦ ਤੁਹਾਨੂੰ ਡਿਫਰੈਂਸ ਨਜ਼ਰ ਆ ਜਾਂਦਾ। ਹੈਲੋ ਕਰਮ ਰਸੋਈ ਜੀ, ਸਤਿ ਸ਼੍ਰੀ ਅਕਾਲ। ਵਿਨੋਦ ਬੱਗਾ ਜੀ ਵੈਲਕਮ। ਵਿਨੋਦ ਬੱਗਾ, ਯਾਰ ਮੇਰੇ ਬਲੈਮਿਸ਼ ਬਹੁਤ ਲਾਈਟ ਹੋ ਗਏ 4 ਦਿਨਾਂ 'ਚ। 4 ਦਿਨਾਂ 'ਚ ਹੀ ਲਾਈਟ ਹੋ ਗਈ ਤੁਹਾਡੀਆਂ ਬਲੈਮਿਸ਼? ਸੰਧੂ ਹੈਪੀ ਕਹਿੰਦੇ ਮੈਨੂੰ 2 ਵੀਕ ਹੋ ਗਏ ਐਂਡ ਆਈ ਫੀਲ ਲਾਈਕ ਬੇਬੀ ਸਕਿਨ, ਵਾਓ। ਹਾਂਜੀ ਕਹਿੰਦੇ, ਆਹ ਦੇਖੋ ਜੀ, ਆਹ ਸਾਰੇ ਭੈਣ ਭਰਾ ਇਹਨਾਂ ਨੇ ਸਾਰਿਆਂ ਨੇ ਪ੍ਰੋਡਕਟ ਖਰੀਦੇ ਹੋਏ ਆ ਜਿਹੜੇ ਕਹਿ ਰਹੇ ਨੇ ਰਾਜ। ਹਾਂ ਰਾਜ, 4 ਦਿਨ ਹੀ ਹੋਏ ਉਹ ਕਹਿ ਰਹੇ ਨੇ। ਆ ਰਿਤਸੀ, ਆਪਾਂ ਲਕਸ ਸਕਿਨ ਕੇਅਰ ਸੈੱਲ ਕਰਦੇ ਹਾਂ ਜੀ, ਦੀਜ਼ ਆਰ ਲਾਈਕ ਦਿਸ ਇਜ਼ ਹਾਈ ਹਾਈ ਕੁਆਲਿਟੀ ਸਕਿਨ ਕੇਅਰ ਆ ਐਂਡ ਯਾ ਦੇ ਹੈਲਪ ਅ ਲੋਟ, ਫੀਲ ਗੁੱਡ। ਯੈਸ, ਤੁਹਾਨੂੰ ਰਾਜ ਪੈਣੇ ਤੁਹਾਨੂੰ ਕਿੰਨੇ ਦਿਨ ਹੋਇਆ? 2 ਦਿਨ ਹੋਇਆ ਕਿ 3 ਦਿਨ ਹੋਇਆ ਤੁਹਾਨੂੰ ਯੂਜ਼ ਕਰਦਿਆਂ ਨੂੰ? ਯਾ ਦੀਜ਼ ਆਰ ਪ੍ਰੋਫੈਸ਼ਨਲ ਗ੍ਰੇਡ ਸਕਿਨ ਕੇਅਰ ਆ। ਯੈਸ, ਹੈਲੋ ਜਸਮੀਨ, ਸੰਧੂ ਜੀ ਵੈਲਕਮ। ਹਾਂਜੀ ਸਨ ਕਰੀਮ ਹੈਗੀ ਹੈ ਕਰਮ ਰਸੋਈ ਜੀ ਆਪਣੇ ਕੋਲ, ਐਲਟਾ ਐਮ ਡੀ ਦੀ ਆ, 4 ਦਿਨ। ਆਈ ਵਾਂਟ ਇਟ, ਪਲੀਜ਼ ਮੈਸੇਜ ਮੀ। ਹਾਂਜੀ ਰਿਤ ਜੀ, 1029, ਮੈਂ ਥੋੜ੍ਹਾ ਡਰਾਅ ਦੇ ਵਿੱਚ ਨਾਮ ਵੀ ਪਾ ਦਿੰਦਾ, ਵੀ ਆਰ ਡੂਇੰਗ ਗਿਵ ਅਵੇ ਡਰਾਅ, 1029। ਜੈਸਮੀਨ ਸੰਧੂ, ਲਾਈਕ ਇਟਸ ਸੋ ਅਮੇਜ਼ਿੰਗ ਆ, ਜੇ 3-4 ਦਿਨਾਂ 'ਚ ਫਰਕ ਫੀਲ ਹੋ ਰਿਹਾ ਤੁਹਾਨੂੰ। ਜਿਵੇਂ ਮੈਂ ਤਾਂ ਮੇਰੀ ਟਰਾਈ ਇਹ ਹੁੰਦੀ ਹੈ, ਮੈਂ ਕਹਾਂ ਘੱਟ ਡਿਲੀਵਰ ਵੱਧ ਹੋ ਜਾਵੇ, ਮੇਰਾ ਇਹ ਲਾਈਫ ਦਾ ਗੋਲ ਆ। ਮੈਂ ਘੱਟ ਕਹਿ ਕੇ ਮੈਂ ਚਾਹੁੰਦਾ ਕਿ ਮੈਂ ਬੋਲਾਂ ਘੱਟ,
ਅਤੇ ਰਿਜ਼ਲਟ ਬੰਦੇ ਨੂੰ ਵੱਧ ਮਿਲੇ। ਮੇਰੀ ਹਮੇਸ਼ਾ ਇਹੀ ਇੱਛਾ ਹੁੰਦੀ ਹੈ, ਮੈਂ ਵੱਧ ਕਹਿ ਕੇ ਘੱਟ ਦੇਣ 'ਚ ਵਿਸ਼ਵਾਸ ਨਹੀਂ ਕਰਦਾ। ਸੋ ਮੀਨੂ ਜੀ ਵੈਲਕਮ ਜੀ, ਗੁਰਫਤਿਹ ਧਾਲੀਵਾਲ ਮੀਨੂ। ਸੋ ਮੈਨੂੰ ਐਂ ਹੁੰਦਾ ਕਿ ਮੈਂ ਵੱਧ ਟਾਈਮ ਕਹਾਂ, ਪਰ ਆਪ ਹੀ ਅਗਲੇ ਨੂੰ ਜਦੋਂ ਪਹਿਲਾਂ ਹੀ ਫਾਇਦਾ ਹੋ ਜੂਗਾ ਤਾਂ ਅਗਲਾ ਆਪ ਹੀ ਕਹੂਗਾ ਹੈ ਨਾ ਕਿ ਮੈਨੂੰ ਫਾਇਦਾ ਹੋ ਗਿਆ। ਕੈਨ ਯੂ ਡਿਲੀਵਰ ਟੂ ਯੂਕੇ? ਯਾ ਡੈਫੀਨੇਟਲੀ ਵੀ ਕੈਨ ਡਿਲੀਵਰ ਅੰਡਰ ਪ੍ਰੋਮਿਸ ਓਵਰ ਡਿਲੀਵਰ। ਯੈਸ, ਦੈਟਸ ਦਾ ਪੋਲਿਸੀ ਨਾਗਰਾ ਭੈਣ, ਦੈਟਸ ਦਾ ਪੋਲਿਸੀ। ਆਈ ਹੈਵ ਰਜੇਸ਼ਾ ਪਿੰਪਲ, ਸੈਂਸਟਿਵ ਸਕਿਨ, ਪਿਗਮੈਂਟੇਸ਼ਨ, ਡਾਰਕ ਸਰਕਲ, ਐਡਵਾਈਸ ਪ੍ਰੋਡਕਟ ਪਲੀਜ਼। ਯੈਸ, ਯੂਜ਼ਰ 1731 ਪਲੀਜ਼ ਫੋਲੋ। ਫਸਟ ਆਫ ਆਲ ਆਈ ਵਿਲ ਐਡ ਯੂਅਰ ਨੇਮ, ਯੂਜ਼ਰ 1731, ਆਈ ਹੈਵ ਐਡਡ ਯੂਅਰ ਨੇਮ ਫੋਰ ਦਾ ਡਰੋ। ਦਾ ਵੈਰੀ ਫਸਟ ਥਿੰਗ ਪਲੀਜ਼, ਜਿੰਦੀ ਸ਼ੇਰਗਲ। ਲਓ ਜੀ, ਜਿੱਦੀ ਸ਼ੇਰਗਲ। ਜਿਹੜੇ ਜਿਹੜੇ ਫੋਲੋ ਕਰ ਰਹੇ ਆ, ਮੈਂ ਉਹਨਾਂ ਦਾ ਨਾਮ ਡਰੋ ਦੇ ਵਿੱਚ ਪਾ ਰਿਹਾ, ਜਿਹੜੇ ਪਹਿਲੀ ਵਾਰੀ ਆ ਰਹੇ ਆ। ਅਤੇ ਸੋ ਯੂ ਨੈਵਰ ਨੋ, ਡਰਾ ਹੀ ਨਿਕਲਿਆ ਬਾਬਾ ਜੀ ਦੀ ਮਿਹਰ ਨਾਲ। ਮੈਂ ਕਹਿੰਦਾ ਬਾਏ ਫਾਈਵ ਪ੍ਰੋਡਕਟਸ ਐਂਡ ਸਨਸਕ੍ਰੀਨ। ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਹਾਏ ਬੈਬ BHAV। ਕੈਨੇਡਾ ਜੀ, ਆਰ ਰੋਬ 007। ਇਹ ਮੇਡ ਇਨ ਕੈਨੇਡਾ ਜੀ ਪ੍ਰੋਡਕਟ, ਸਾਰੇ ਮੇਡ ਇਨ ਕੈਨੇਡਾ ਪ੍ਰੋਡਕਟ ਨੇ। ਥੈਂਕ ਯੂ ਮਹਾਂਪੁਰ ਸਨੀ, ਇਹਨੇ ਬਾਹਰ ਜਾਣਾ, ਉੱਧਰ ਦੀ ਲੈ ਜਾਓ ਉਹਨੂੰ ਮੂਰ ਦੀ। ਸਾਰੇ ਮੇਡ ਇਨ ਕੈਨੇਡਾ ਪ੍ਰੋਡਕਟ ਨੇ, ਕਲੀਨ ਇਨਗਰੀਡੀਐਂਟਸ ਨੇ, ਐਂਡ ਹਾਈ ਕੁਆਲਿਟੀ ਪ੍ਰੋਫੈਸ਼ਨਲ ਗ੍ਰੇਡ ਪ੍ਰੋਡਕਟ ਆ, ਜਿਹੜੇ ਕਿ ਸੋ ਫਾਰ ਦੀਜ਼ ਪ੍ਰੋਡਕਟਸ ਵਰ ਨੋਟ ਅਵੇਲੇਬਲ ਫੋਰ ਦਾ ਸੇਲ, ਓਨਲੀ ਦੇ ਵਰ ਅਵੇਲੇਬਲ ਓਨਲੀ ਇਨ ਦਾ ਸਪਾ। ਐਂਡ ਬਾਬਾ ਜੀ ਦੀ ਮਿਹਰ ਨਾਲ ਆਪਣੀ ਅਪਰੋਚ ਹੋ ਗਈ ਹੈ ਜੀ, ਆਪਾਂ ਨੂੰ ਮਿਲ ਗਿਆ ਇਹ। ਰਾਜਵਿੰਦਰ, ਨਹੀਂ ਤੁਸੀਂ ਨਹੀਂ ਹੋਏ, ਨਹੀਂ ਮੈਂ ਮਿਸਟਰ ਲਿਖਿਆ ਹੋਇਆ ਤੁਹਾਡਾ, ਰਾਜਵਿੰਦਰ ਨੇ ਲਿਖਿਆ ਮੈਂ, ਨਹੀਂ ਨਹੀਂ ਮੈਂ ਮਿਸਟਰ ਲਿਖਿਆ ਹੋਇਆ ਤੁਹਾਡੇ, ਮਿਸਟਰ ਲਿਖਿਆ ਹੋਇਆ। ਓਕੇ, ਆਪਾਂ ਨੈਕਸਟ ਡਰੋ ਕੱਢਦੇ ਹਾਂ ਇੱਕ ਵਾਰੀ, ਦੈਨ ਫਿਰ ਆਪਾਂ ਡਰੋ ਡਨ ਕਰਾਂਗੇ, ਫਿਰ ਆਪਾਂ ਕੰਮ ਦੀ ਗੱਲ ਕਰਾਂਗੇ। ਜਿਹੜੇ ਕੋਈ ਕੁਐਸਚਨ ਹੋਣਗੇ, ਜਿਵੇਂ ਲਾਈਕ ਹੂ ਐਵਰ ਹੈਜ਼ ਸੀਰੀਅਸ, ਭਾਜੀ ਤੁਹਾਡਾ ਹੁਣੇ ਡਰੋ ਨਿਕਲ ਆਉਣਾ, ਰਾਈਟ ਬਾਈ। ਸੋ ਫਾਰ ਜਿਹੜੇ ਪਹਿਲੀ ਵਾਰੀ ਆਏ ਆ, ਪਲੀਜ਼ ਸੁਣ ਲਓ, ਡਰੋ ਦਾ ਰਿਜ਼ਲਟ ਕਦੋਂ? ਹੁਣੇ ਨਿਕਲ ਜਾਣਾ। ਵੀ ਹੈਵ ਡਨ ਆਲਰੇਡੀ, ਕਿੰਨੇ ਡਰਾ ਕੱਢਤੇ ਆਪਾਂ ਅੱਜ? 4 ਕੱਢਤੇ ਕਿ 5 ਕੱਢਤੇ? ਕਿੰਨੇ ਕੱਢਤੇ ਆਪਾਂ ਡਰਾ ਸੋ ਫਾਰ? ਥੈਂਕ ਯੂ ਜੈਸਮੀਨ, ਤੁਹਾਡਾ ਨਾਮ ਪਾਤਾ ਮੈਂ। 4 ਕੱਢਤੇ ਸੋ ਫਾਰ, ਵੀ ਹੈਵ ਡਨ 4 ਡਰੋ ਟੂਡੇ, ਐਂਡ ਵਿਦ ਇਨ ਲਾਸਟ ਮੰਥ ਔਰ ਸੋ ਵੀ ਹੈਵ ਡਨ ਆਲਮੋਸਟ $8,000 ਗਾਇਸ। ਆਈ ਥਿੰਕ ਵੀ ਹੈਵ ਡਨ $8,000 ਰਾਈ, $8,000 ਅਪਰੋਕਸੀਮੇਟ ਵੀ ਹੈਵ ਡਨ ਵਿਦ ਇਨ ਲਾਸਟ 1 month, ਐਂਡ ਬਾਏ ਦਾ ਐਂਡ ਆਫ ਦਿਸ ਈਅਰ ਆਵਰ ਗੋਲ ਇਜ਼, ਥੈਂਕ ਯੂ, ਥੈਂਕ ਯੂ ਭਾਵਜੀ, ਬਾਏ ਦਾ ਐਂਡ ਆਫ ਦਿਸ ਈਅਰ ਆਵਰ ਗੋਲ ਇਜ਼ $100,000 ਗਿਵ ਅਵੇ ਗਿਫਟਸ ਡਰੋਸ ਬਾਏ ਦਾ ਸਪੋਰਟ ਆਫ ਯੂ ਗਾਇਜ ਐਂਡ ਬਾਬਾ ਜੀ ਦੀ ਮਿਹਰ ਨਾਲ। ਓਕੇ, 5, 4, 3, 2, 1, ਹੱਥ ਬਿਲਕੁਲ ਕਰ ਲਈ। ਚੰਨ, CHANN, ਚੰਨ। ਚੰਨ ਬਾਈ, ਤੁਸੀਂ ਅੱਜ ਪਹਿਲੇ ਵਾਰੀ ਆਏ ਸੀਗੇ ਲਾਈਵ 'ਚ, ਚੰਨ ਹੈਗੇ ਆ? CHANN, ਚੰਨ ਜੀ ਤੁਸੀਂ ਹੈਗੇ ਹੋ? ਚੰਨ ਜੀ ਅੱਜ ਪਹਿਲੇ ਵਾਰੀ ਆਏ ਸੀਗੇ ਲਾਈਵ 'ਚ, ਮੇਰੇ ਖਿਆਲ ਚੱਲੇ ਗਏ ਲੱਗਦੇ ਆ। ਓਕੇ ਜੀ, ਨੈਕਸਟ ਕੱਢੀਏ ਫਿਰ, ਚੰਨ ਹੈ ਨਹੀਂਗਾ? ਉਹਨਾਂ ਨੂੰ ਪਤਾ ਨਹੀਂ ਹੈ ਨਾ ਵੀ ਇੱਦਾਂ ਹੁੰਦਾ, ਵੀ ਆਪਾਂ ਨੂੰ ਆਪਾਂ ਦੱਸਦੇ ਵੀ ਨਹੀਂ ਨਾ ਵਿੱਚ, ਕਈ ਵਾਰੀ ਕਹਿ ਦਿੰਦੇ ਆਪਾਂ
ਵੀ ਨੈਕਸਟ ਨੈਕਸਟ ਓਕੇ ਸਾਰੇ ਜਣੇ ਨੈਕਸਟ ਲਿਖ ਦਿਓ ਪਲੀਜ਼ ਸਾਰੇ ਜਣੇ ਨੈਕਸਟ ਨੈਕਸਟ ਲਿਖ ਦਿਓ ਸੁੱਖ ਸੰਧੂ ਹੈਗੇ ਆ ਚੰਨ ਹੈ ਨਹੀਂ ਓਕੇ ਜੀ ਨੈਕਸਟ ਜੀ ਰੋਬ 007 ਰੋਬ 007 ਤੁਸੀਂ ਇੱਥੇ ਹੈਗੇ ਆ 5 4 ਹੈਗੇ 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 ਰੋਬ ਨੈਕਸਟ ਨੈਕਸਟ ਆਪੇ ਨੈਕਸਟ ਲਿਖੀ ਜਾਂਦੇ ਉਹ ਥੱਲੇ ਲਿਖਿਆ ਦੇਖੋ ਰੋਬ ਨੇ ਰੋਬ ਨੈਕਸਟ ਕੱਢ ਦਈਏ ਕਿ ਤੁਹਾਡਾ ਕੱਢ ਦਈਏ ਰੋਬ ਤੁਹਾਨੂੰ ਦੇ ਦਈਏ ਗਿਫਟ ਕਿ ਨੈਕਸਟ ਨੈਕਸਟ ਓਕੇ ਇਹਦਾ ਸਕਰੀਨਸ਼ਾਟ ਲੈ ਲਓ ਪਲੀਜ਼ ਇਹਦਾ ਸਕਰੀਨਸ਼ਾਟ ਲੈ ਲਓ ਪਲੀਜ਼ ਕੰਗਰੈਚੁਲੇਸ਼ਨਸ ਰੋਬ ਸਕਰੀਨਸ਼ਾਟ ਲੈ ਲਿਆ ਤੁਸੀਂ ਇਹਦਾ ਮੈਨੂੰ ਵਟਸਐਪ ਦੇ ਉੱਤੇ ਸੈਂਡ ਕਰ ਦਿਓ ਸਕਰੀਨਸ਼ਾਟ ਮੇਰੇ ਬਾਇਓ ਦੇ ਵਿੱਚ ਹੈਗਾ ਨੰਬਰ 403 ਮੀ ਪਲੀਜ਼ ਮੀ ਹਾਂ ਓਕੇ ਗੁੱਡ ਨਾਈਟ ਜਿਹੜੇ ਜਿਹੜੇ ਭੈਣ ਭਰਾ ਸੌਣਾ ਚਾਹੁੰਦੇ ਆ ਪਲੀਜ਼ ਸੌਂ ਜਾਓ ਜਿਨ੍ਹਾਂ ਦੇ ਕੋਈ ਕੁਐਸਚਨ ਹੈਗੇ ਆ ਰਿਟ ਜੀ ਯੂ ਆਰ ਟਾਕਿੰਗ ਅਬਾਊਟ ਸਕੈਨ ਕੇਅਰ ਇਫ ਸਮਬਡੀ ਹੈਜ਼ ਐਨੀ ਕੁਐਸਚਨ ਪਲੀਜ਼ ਲੈਟ ਮੀ ਨੋ ਆਈ ਐਮ ਹੇਅਰ ਆਈ ਐਮ ਆਨਸਰਿੰਗ ਯੂਅਰ ਕੁਐਸਚਨ ਸੋ ਜਸਟ ਫੋਲੋ ਮੀ ਐਂਡ ਗੋ ਐਂਡ ਸੀ ਦਾ ਵੀਡੀਓਜ਼ ਪਲੀਜ਼ ਪਲੀਜ਼ ਗੋ ਐਂਡ ਸੀ ਦਾ ਵੀਡੀਓਜ਼ ਜਿਨ੍ਹਾਂ ਜਿਨ੍ਹਾਂ ਨੂੰ ਰੀਅਲੀ ਗੁੱਡ ਰਿਜ਼ਲਟ ਮਿਲ ਚੁੱਕੇ ਆ ਬਹੁਤ ਜਲਦੀ ਮਿਲ ਚੁੱਕੇ ਆ ਪਲੀਜ਼ ਮੈਨੂੰ ਵਟਸਐਪ ਦੇ ਉੱਤੇ ਇੱਕ ਆਪਦਾ ਰਿਵਿਊ ਲਿਖ ਕੇ ਭੇਜ ਦਿਓ ਐਂਡ ਮੈਨੂੰ ਦੱਸ ਦਿਓ ਕਿ ਹਾਂ ਕਿ ਤੁਹਾਡਾ ਕੀ ਕੰਸਰਨ ਸੀਗਾ ਐਂਡ ਕਿੰਨਾ ਕੁ ਤੁਹਾਨੂੰ ਫਾਇਦਾ ਹੋ ਗਿਆ ਹੈ ਨਾ ਆਈ ਕ੍ਰੀਮ ਦਾ ਪ੍ਰਾਈਸ ਦੱਸੋ ਆਈ ਕ੍ਰੀਮ ਹੈਗੀ ਆ ਅਰਾਊਂਡ $99.99 ਸਮਥਿੰਗ ਅਪਰੋਕਸੀਮੇਟ $100 ਮੰਨ ਕੇ ਚੱਲੋ ਗੁੱਡ ਨਾਈਟ ਗੁਰਾਸ਼ ਭੈਣੇ ਸਤਿ ਸ਼੍ਰੀ ਅਕਾਲ ਪਲੀਜ਼ ਆਈ ਕ੍ਰੀਮ ਦਾ ਪ੍ਰਾਈਸ ਆਲਮੋਸਟ $100 ਵੈਸੇ ਤੁਸੀਂ ਜੇ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਲਓ ਨਾ ਤੁਸੀਂ ਸਾਰੀਆਂ ਚੀਜ਼ਾਂ ਦੇਖ ਲਓਗੇ ਹਾਈਪਰ ਪਿਗਮੈਂਟੇਸ਼ਨ ਲਈ ਡੈਫੀਨੇਟਲੀ ਦਿਸ ਇਜ਼ ਅਮੇਜ਼ਿੰਗ ਪ੍ਰੋਡਕਟ ਫੋਰ ਹਾਈਪਰ ਪਿਗਮੈਂਟੇਸ਼ਨ ਮੈਂ ਆਪਦਾ ਹੱਥ ਟ੍ਰੀਟ ਕੀਤਾ ਆਲਮੋਸਟ 80% ਟ੍ਰੀਟ ਹੋ ਗਿਆ ਯੂ ਕੈਨ ਸੀ ਮੇਰੀਆਂ ਪਹਿਲਾਂ ਬਿਫੋਰ ਵੀਡੀਓ ਜਾ ਕੇ ਦੇਖ ਲਿਓ ਇਹਦਾ ਅਤੇ ਇੱਧਰਲੇ ਹੱਥ ਦਾ ਅਤੇ ਇੱਧਰਲੇ ਹੱਥ ਦਾ ਜ਼ਮੀਨ ਅਸਮਾਨ ਦਾ ਫਰਕ ਸੀਗਾ ਸਾਰੇ ਜਣੇ ਦੱਸਿਓ ਪਲੀਜ਼ ਤੁਹਾਨੂੰ ਲੱਗਦਾ ਕਿ ਨਹੀਂ ਲੱਗਦਾ ਵੀ ਇਸ ਆਲਮੋਸਟ 80% ਟ੍ਰੀਟ ਹੋ ਗਿਆ ਇਹ ਦਿਸ ਹੈਂਡ ਵਾਜ਼ ਰੀਅਲੀ ਬ੍ਰਾਈਟ 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 ਐਂਡ ਦਿਸ ਵਾਜ਼ ਲਾਈਕ ਟੋਟਲੀ ਡਿਜ਼ਾਸਟਰ ਸੀਗਾ ਇਹ ਐਂਡ ਵਿਦਿਨ ਲਾਈਕ 18 ਡੇਜ਼ ਔਰ ਸੋ ਹਾਂਜੀ ਨੈਕ 'ਤੇ ਅੱਛਾ ਬੈਕ ਨੈਕ ਜਿਹੜੀ ਕਾਲੀ ਹੁੰਦੀ ਹੈ ਤੁਸੀਂ ਉਹਦੀ ਗੱਲ ਕਰਦੇ ਹੋ ਉਹਦੇ ਲਈ ਨਹੀਂ ਹੈ ਉਹ ਤੁਹਾਨੂੰ ਉਹ ਹੁੰਦਾ ਅੰਦਰੋਂ ਤੁਹਾਡੇ ਕੀ ਕਹਿੰਦੇ ਉਹਨੂੰ ਉਹਦੇ ਲਈ ਤੁਹਾਨੂੰ ਇੰਟਰਮਿਟ ਫਾਸਟਿੰਗ ਕਰਨੀ ਪੈਂਦੀ ਹੈ ਜਿਨ੍ਹਾਂ ਦੀ ਬਲੈਕ ਹੁੰਦੀ ਹੈ ਪਿੱਛੋਂ ਨੈਕ ਮੇਰੀ ਆਪਦੀ ਵੀ ਬਲੈਕ ਆ ਠੀਕ ਹੈ ਪਿਗਮੈਂਟੇਸ਼ਨ ਨੈਕ ਦੇ ਉੱਤੇ ਜਿਹੜੀ ਹੋਈ ਹੁੰਦੀ ਆ ਉਹ ਲਾਈਕ ਉਹ ਨਹੀਂ ਠੀਕ ਹੋਣੀ ਇਹਦੇ ਨਾਲ ਉਹਦੇ ਲਈ ਯੂ ਨੀਡ ਟੂ ਡੂ ਦਾ ਇੰਟਰਮਿਟ ਫਾਸਟਿੰਗ ਐਂਡ ਧੁੱਪ ਤੋਂ ਆਲਵੇਜ਼ ਬਚਾ ਕੇ ਰੱਖਣੀ ਪੈਣੀ ਆ ਨੈਕ ਮੇਰੀ ਵੀ ਨੈਕ ਜਦੋਂ ਮਾੜੀ ਜਿਹੀ ਧੁੱਪ ਲੱਗਦੀ ਹੈ ਰਾਈਟ ਵੇ ਕਾਲੀ ਹੋ ਜਾਂਦੀ ਹੈ ਹੈਲੋ ਰਾਹੀ ਹਾਊ ਆਰ ਯੂ ਅੱਛਾ ਡਾਰਕ ਕਲਰ ਬਹੁਤ ਹਾਂਜੀ ਯਾ ਉਹਦੇ ਲਈ ਯੈਸ ਯੂ ਕੈਨ ਯੂਜ਼ ਟੋਨ ਫੋਰ ਦਾ ਡਾਰਕ ਕਲਰ ਜਿਹੜਾ ਇੱਥੇ ਹੋਇਆ ਹੁੰਦਾ ਫਸਟ ਆਫ ਆਲ ਪਲੀਜ਼ ਗੋ ਚੈੱਕ ਮਾਈ ਵੀਡੀਓਜ਼ ਯੂ ਵਿਲ ਸੀ ਦਾ ਵੀਡੀਓਜ਼ ਬਿਫੋਰ ਐਂਡ ਆਫਟਰ ਫੋਟੋਜ਼ ਦੇਰ ਇਜ਼ ਅ ਪਿਕਚਰ ਆਫ ਅ ਗਰਲ ਸ਼ੀ ਹੈਜ਼ ਬਲੈਕ ਹੇਅਰ ਵਿਦ ਇਨ 10 ਡੇਜ਼ ਉਹਨਾਂ ਦਾ ਆਲਮੋਸਟ ਆਹ 60-70% ਕਲੀਅਰ ਹੋ ਗਿਆ ਅੱਛਾ ਮੈਂ ਸਮਝ ਗਿਆ ਨੈਬ ਹੁਣ ਤੁਸੀਂ ਕੀ ਕਹਿੰਦੇ ਆ ਯਾ ਆਈ ਗਾਟ ਇਟ ਨਾਓ ਡਾਰਕ ਕਲਰ ਰਾਊਂਡ ਮੂਥ ਯੈਸ ਮਨਪ੍ਰੀਤ ਕੱਲੋਂ ਜੀ ਹਾਂ ਉਹਦੇ 'ਚ ਹੈਲਪ ਹੋਊਗੀ ਥੈਂਕ ਯੂ ਬਿਊਟੀਫੁਲ ਜੀ ਥੈਂਕਸ ਫੋਰ ਫੋਲੋਇੰਗ
ਅਸੀਂ ਡਰਾਅ ਕੱਢ ਰਹੇ ਹਾਂ ਲਾਈਕ ਲਕਸੀ ਐਚ ਨੂੰ ਪ੍ਰਮੋਸ਼ਨ ਕਰ ਰਹੇ ਹਾਂ ਲਕਸੀ ਐਚ ਦੇ ਪ੍ਰੋਡਕਟਸ ਦੀ ਐਂਡ ਸੋ ਮਚ ਸੋ ਫਾਰ ਵੀ ਹੈਵ ਡਨ ਆਲਮੋਸਟ $8,000 ਡਰਾਅ ਕੱਢ ਚੁੱਕੇ ਹਾਂ ਵੈਬਸਾਈਟ ਦਾ ਨੇਮ ਸੋਨੂ ਬੋਲਾ ਜੀ ਬਾਇਓ ਦੇ ਵਿੱਚ ਹੈਗੀ ਹੈ ਜਦੋਂ ਤੁਸੀਂ ਮੇਰੇ ਬਾਇਓ ਦੇ ਉੱਤੇ ਕਲਿੱਕ ਕਰੋਗੇ ਨਾ ਜਿਹੜੀ ਮੇਰੀ ਉੱਪਰ ਫੋਟੋ ਆ ਜਦੋਂ ਤੁਸੀਂ ਉਹਦੇ ਉੱਪਰ ਕਲਿੱਕ ਕਰੋਗੇ ਉਹ ਆਈਜ਼ ਵਾਲੀ ਫੋਟੋ ਆ ਜਿਹੜੀ ਜਦੋਂ ਤੁਸੀਂ ਉਹਦੇ ਉੱਪਰ ਕਲਿੱਕ ਕਰੋਗੇ ਯੂ ਵਿਲ ਸੀ ਦਾ ਵੈਬਸਾਈਟ www.luxyh.com www my brother drives truck his upper hands are really dry and same thing with me main truck hi chalaunda si kyunki dhuppe assi aaye phad ke baithe rahi da khich ke ek ta stretch hoi rehndi hai skin upron burn hoi jandi rehndi hai so I've done same thing I was going to the california from bc to california I was driving truck and mera aa hand was really pigmented so je tusi video ja ke dekhoge video ja ke check karo please ਮੇਰੀਆਂ ਵੀਡੀਓਜ਼ ਦੇਖੋ ਯੂ ਵਿਲ ਸੀ ਦਾ ਬਿਫੋਰ ਐਂਡ ਆਫਟਰ ਰਿਜ਼ਲਟ ਸੋ ਨਾਓ ਇਟਸ ਆ ਤੁਹਾਨੂੰ ਕੋਈ ਡਿਫਰੈਂਸ ਨਜ਼ਰ ਆਉਂਦਾ ਹੁਣ ਬਹੁਤ ਥੋੜ੍ਹਾ ਡਿਫਰੈਂਸ ਨਜ਼ਰ ਆਉਂਦਾ ਹੋਣਾ ਤੁਹਾਨੂੰ ਖੈਰ ਜੋ ਮੈਂ ਕੈਮਰਾ ਸਵਿੱਚ ਕਰਕੇ ਦਿਖਾਉਣਾ ਇੱਕ ਤੁਸੀਂ ਆਹ ਮੇਰੀਆਂ ਅੰਡਰ ਆਈ ਦੇਖੋ ਇੱਥੋਂ ਰਿੰਕਲਸ ਚੈੱਕ ਕਰੋ ਅਤੇ ਉੱਪਰ ਮੇਰੀ ਉਹ ਫੋਟੋ ਲਾਈ ਹੋਈ ਆ ਬਿਫੋਰ ਵਾਲੀ ਆਈ ਉਹਦੇ ਡੀ ਪੀ ਦੇ ਵਿੱਚ ਜਿਹੜੀ ਮੂਹਰੇ ਫੋਟੋ ਲਾਈ ਹੋਈ ਆ ਮੈਂ ਕੈਮਰਾ ਫਲਿੱਪ ਕਰਕੇ ਤੁਹਾਨੂੰ ਆਪਣੇ ਹੱਥ ਦਿਖਾਉਣਾ ਲਾਈਕ ਲੁੱਕ ਐਟ ਦਿਸ ਇਹ ਤਕਰੀਬਨ 80% ਰਿਕਵਰ ਹੋ ਗਿਆ ਇਹ ਤਕਰੀਬਨ 80% ਕਲੀਨ ਹੋ ਗਿਆ ਇੱਧਰਲਾ ਹੱਥ ਦੇਖੋ ਇੱਧਰਲੇ ਹੱਥ ਦੀ ਸਕਿਨ ਦਾ ਕਲਰ ਦੇਖੋ ਕਿੰਨਾ ਕਲੀਨ ਸਮੂਦ ਐਂਡ ਬ੍ਰਾਈਟ ਹੈ ਬਿਕੋਜ਼ ਆਈ ਐਮ ਯੂਜ਼ਿੰਗ ਲਕਸੀ ਐਚ ਪ੍ਰੋਡਕਟਸ ਔਨ ਦਿਸ ਵਨ ਹੈਲੋ ਪਾਲੀ ਸਤਿ ਸ਼੍ਰੀ ਅਕਾਲ ਇਹਦੇ ਉੱਪਰ ਮੈਂ ਪ੍ਰੋਡਕਟ ਯੂਜ਼ ਕਰ ਰਿਹਾ ਫੋਰ ਲਾਸਟ ਲਾਈਕ 45-48 ਡੇਜ਼ ਸਮਥਿੰਗ ਲਾਈਕ ਦੈਟ ਐਂਡ ਫੋਰ ਦਿਸ ਵਨ ਆਈ ਐਮ ਯੂਜ਼ਿੰਗ ਫੋਰ 18 ਡੇਜ਼ ਔਰ ਸੋ ਬਿਫੋਰ 18 ਡੇਜ਼ ਇਹਦਾ ਬੁਰਾ ਹੀ ਹਾਲ ਸੀਗਾ ਤੁਸੀਂ ਜਾ ਕੇ ਮੇਰੇ ਬਾਇਓ ਦੇ ਵਿੱਚ ਪਲੀਜ਼ ਵੀਡੀਓ ਚੈੱਕ ਕਰ ਲਓ ਯੂ ਵਿਲ ਸੀ ਬਾਈ ਤੁਸੀਂ ਕੀ ਵੇਚਦੇ ਤੀਲੂ ਬਦਮਾਸ਼ ਸਾਹਿਬ ਪਹਿਲਾਂ ਤੁਹਾਡੀ ਆਈ ਡੀ ਬਾਹਲੀ ਖਤਰਨਾਕ ਆ ਆਪਾਂ ਸਕਿਨ ਕੇਅਰ ਵੇਚਦੇ ਹਾਂ ਬ੍ਰਦਰ ਆਹ ਸਕਿਨ ਕੇਅਰ ਆ ਵੀਰੇ ਆਪਾਂ ਇਹ ਸੈੱਲ ਕਰਦੇ ਹਾਂ ਇਹਦੀ ਪ੍ਰਮੋਸ਼ਨ ਕਰ ਰਹੇ ਹਾਂ ਇਹ ਫੇਸ ਕਰੀਮ ਹੈ ਆਹ ਅੰਡਰ ਆਈ ਕਰੀਮ ਹੈ ਜਿਨ੍ਹਾਂ ਦੀਆਂ ਅੱਖਾਂ ਦੇ ਥੱਲੇ ਬਲੈਕ ਨਹੀਂ ਹੁੰਦੇ ਸਰਕਲ ਇਹ ਉਹਨਾਂ ਲਈ ਆ ਸੋ ਆਪਾਂ ਇਹ ਚੀਜ਼ ਵੇਚਦੇ ਹਾਂ ਬ੍ਰਦਰ ਅਤੇ ਜੇ ਕਿਸੇ ਦੇ ਛਾਈਆਂ ਪਿਗਮੈਂਟੇਸ਼ਨ ਆ ਅੱਖਾਂ ਦੇ ਥੱਲੇ ਰਿੰਕਲਸ ਨੇ ਕੁਛ ਵੀ ਇਹੋ ਜਿਹੇ ਕੰਸਰਨ ਹੈਗੇ ਆ ਪਿਗਮੈਂਟੇਸ਼ਨ ਲਈ ਅਨਈਵਨ ਸਕਿਨ ਟੋਨ ਆ ਜਿਨ੍ਹਾਂ ਦਾ ਇੱਥੇ ਬਲੈਕ ਜਿਹਾ ਹੋਇਆ ਹੁੰਦਾ ਉਹਦੇ ਲਈ ਸੋ ਉਹਨਾਂ ਲਈ ਆਪਾਂ ਇਹ ਪ੍ਰੋਡਕਟ ਸੈੱਲ ਕਰਦੇ ਹਾਂ ਜੀ ਰੱਬ ਸੁੱਖ ਰੱਖੇ ਵਾਲਿਓ ਜੀ ਪ੍ਰਾਈਸ ਇਹਨਾਂ ਦੀ ਮੇਰੇ ਬਾਇਓ ਦੇ ਵਿੱਚ ਜਾ ਕੇ ਜੇ ਤੁਸੀਂ ਇਕੱਲੇ ਇਕੱਲੇ ਪ੍ਰੋਡਕਟ ਦੀ ਚੈੱਕ ਕਰ ਲਓਗੇ ਜਿਹੜਾ ਤੁਹਾਨੂੰ ਚਾਹੀਦਾ ਹੋਇਆ ਤਾਂ ਉਹਦੇ 'ਤੇ ਵਧੀਆ ਦਿਸ ਜੂਗਾ ਤੁਹਾਨੂੰ ਸਾਰੀਆਂ ਪ੍ਰਾਈਸਿਸ ਨਜ਼ਰ ਆ ਜਾਣਗੀਆਂ ਉੱਪਰ ਹੈਗੀਆਂ ਮੇਰਾ ਬਾਇਓ ਚੈੱਕ ਕਰ ਲਓ ਜਦੋਂ ਉੱਪਰ ਕਲਿੱਕ ਕਰੋਗੇ ਨਾ ਉੱਤੇ ਜਿੱਥੇ ਲਕਸੀ ਐਚ ਲਿਖਿਆ ਹੋਇਆ ਉਹਦੇ ਥੱਲੇ ਵੈਬਸਾਈਟ ਖੁੱਲ੍ਹ ਜਾਣੀ ਹੈ ਵੈਬਸਾਈਟ www.luxyh.com ਥੈਂਕ ਯੂ ਜੀ ਬਾਈ ਤੁਸੀਂ ਅੱਛਾ ਠੀਕ ਆ ਜਿਹੜੇ ਪਹਿਲੀ ਵਾਰੀ ਆਏ ਆ ਪਲੀਜ਼ ਫੋਲੋ ਰਿਜ਼ਲਟਸ ਹੈਗੇ ਹਾਂਜੀ ਮੈਨ ਸਾਹਿਬ ਤੁਸੀਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੀ ਤੁਸੀਂ ਵੀਡੀਓ ਦੇਖ ਲਓ ਮੇਰੀਆਂ ਪਹਿਲਾਂ ਪਾਲੀ ਬਸ ਡਨ ਫੋਰ ਦਾ ਡੇ ਆਪਾਂ ਹੁਣ ਡਰਾਅ ਨਹੀਂ ਕੱਢ ਰਹੇ ਆਪਾਂ ਆਲਰੇਡੀ 5 ਡਰਾਅ ਕੱਢ ਚੁੱਕੇ ਹਾਂ ਐਂਡ ਆਪਾਂ ਡਨ ਫੋਰ ਦਾ ਡੇ ਹਾਂ ਕੱਲ੍ਹ ਨੂੰ ਕੱਢਾਂਗੇ ਦੁਬਾਰਾ ਜਿਹੜੇ ਪਹਿਲੀ ਵਾਰੀ ਆਏ ਆ ਪਲੀਜ਼ ਫੋਲੋ ਕਰ ਲਓ ਟਮੋਰੋ ਵੀ ਵਿਲ ਬੀ ਡੂਇੰਗ ਅਗੈਨ ਆਪਾਂ ਦੇਖੋ ਐਵੇਂ ਨਾਂ ਲਿਖੀ ਦੇ ਆ ਸਾਰਿਆਂ ਦੇ ਐਂ ਨਾਮ ਲਿਖ ਕੇ ਸਾਰਿਆਂ ਦੇ ਡਰਾਅ ਇਹ ਤੋਂ ਕੱਢੀ ਦੇ ਆ ਸੋ ਟੂ ਲੇਟ ਨਹੀਂ ਇਟਸ ਓਕੇ ਆ ਕੋਈ ਨਹੀਂ ਕੱਲ੍ਹ ਨੂੰ ਸਹੀ ਅਤੇ ਆਪਾਂ ਸੋ ਫਾਰ ਅਬਾਊਟ $8,500 ਦੇ ਡਰਾਅ ਆਪਾਂ ਕੱਢ ਚੁੱਕੇ ਹਾਂ ਐਂਡ ਬਾਏ ਦਾ ਐਂਡ ਆਫ ਦਿਸ ਈਅਰ ਅਵਰ ਗੋਲ ਇਜ਼ $100,000
$100,000 ਦੇ ਡਰਾ ਅੱਗੇ ਬਾਬੇ ਕਰਨੇ ਆਪਾਂ ਬਾਏ ਦਾ ਐਂਡ ਆਫ ਦਿਸ ਈਅਰ। ਮੇਰੀ ਆਹ ਪਿਗਮੈਂਟੇਸ਼ਨ ਬਹੁਤ ਕਾਲਾ ਹੁੰਦਾ ਸੀ ਆਹ ਚੀਜ਼ ਨਾ, ਤੁਸੀਂ ਦੇਖ ਸਕਦੇ ਆ ਆਹ ਜੇ ਇੱਧਰ ਨੂੰ ਧੁੱਪ ਪੈਂਦੀ ਹੈ ਨਾ ਡਰ ਗਿਆ। ਜਦੋਂ ਟਰੱਕ ਚਲਾਉਂਦੇ ਆਪਾਂ ਤਾਂ ਇੱਧਰੋਂ ਸਾਰਾ ਦਿਨ ਮੂੰਹ 'ਤੇ ਧੁੱਪ ਪਈ ਜਾਂਦੀ ਹੁੰਦੀ ਸੀ ਅਤੇ ਆਹ ਬਿਲਕੁਲ ਹੀ ਕਾਲਾ ਹੋ ਗਿਆ ਸੀ ਆਹ ਚੀਜ਼, ਬਹੁਤ ਕਾਲੀ ਸੀਗੀ ਇੱਧਰੋਂ ਵੀ ਆਹ ਵੀ। ਅਤੇ ਤੁਸੀਂ ਦੇਖ ਸਕਦੇ ਆ ਕਿੰਨਾ ਜ਼ਿਆਦਾ ਕਲੀਅਰ ਹੋ ਗਈ ਇਹ, ਬਹੁਤ ਕਲੀਅਰ ਹੋ ਗਈ। ਯੂ ਕੈਨ ਸੀ ਲਾਈਕ ਇਟਸ ਆਲਮੋਸਟ ਸਿਮੀਲਰ ਹੋ ਚੱਲਿਆ। ਪਿਗਮੈਂਟੇਸ਼ਨ ਲਈ ਇਟਸ ਰੀਅਲੀ ਗੁੱਡ। ਠੀਕ ਹੈ ਜੀ ਬ੍ਰਦਰ, ਡੂ ਯੂ ਡਿਲੀਵਰ ਇਨ ਯੂਕੇ? ਹਾਂਜੀ ਸਵਰਨ ਖਾਨ ਸਾਹਿਬ, ਆਪਾਂ ਸਵੇਰਾ ਖਾਨ ਜੀ, ਆਪਾਂ ਡੈਫੀਨੇਟਲੀ ਡਿਲੀਵਰ ਕਰਦੇ ਹਾਂ ਜੀ, ਸਿਸਟਰ ਜਾਂ ਬ੍ਰਦਰ ਜੋ ਵੀ ਹੈ ਤੁਸੀਂ। ਸੋ ਵੀ ਡਿਲੀਵਰ ਟੂ US, UK, ਕੈਨੇਡਾ, ਐਵਰੀਵੇਅਰ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੇ ਕਿਤੇ ਆਪਾਂ ਕੱਢਦੇ ਹਾਂ ਜੀ। ਪਹਿਲਾਂ ਵੀਡੀਓਜ਼ ਵਾਚ ਕਰ ਲਓ, ਫੋਲੋ ਕਰ ਲਓ ਚੈਨਲ ਨੂੰ, ਫੋਲੋ ਕਰ ਲਓ, ਵੀਡੀਓਜ਼ ਵਾਚ ਕਰ ਲਓ, ਯੂ ਵਿਲ ਸੀ ਜਿਵੇਂ ਜਿਵੇਂ ਤੁਸੀਂ ਦੇਖ ਕੇ, ਜਦੋਂ ਤੁਹਾਡਾ ਕੌਨਫੀਡੈਂਸ ਲੈਵਲ 100% ਹੋ ਗਿਆ ਵੀ ਹਾਂ ਵਧੀਆ ਪ੍ਰੋਡਕਟ ਆ, ਦੈਨ ਫਿਰ ਬਾਏ ਕਰ ਲਿਓ। ਮੈਂ ਕਹਿੰਦਾ ਨਹੀਂ ਤੁਸੀਂ ਰਸ਼ ਕਰੋ, ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਤੁਸੀਂ ਬਾਏ ਕਰੋ ਪ੍ਰੋਡਕਟ, ਤੁਸੀਂ ਰਸ਼ ਕਰੋ। ਮੈਂ ਕਹਿੰਦਾ ਜਸਟ ਐਜੂਕੇਟ ਕਰ ਲਓ ਆਪਦੇ ਕੋਲ, ਵੀਡੀਓਜ਼ ਦੇਖ ਲਓ, ਆਪਦਾ ਟਰੱਸਟ ਲੈਵਲ ਆ ਜਿਹੜਾ ਉਹਨੂੰ ਉਸ ਲੈਵਲ 'ਤੇ ਲਿਆਓ ਕਿ ਹਾਂ ਵਾਕਈ ਯਾਰ ਇਹ ਪ੍ਰੋਡਕਟ ਵਧੀਆ। ਜਦੋਂ ਤੁਹਾਨੂੰ ਲੱਗੂਗਾ ਇਹ ਪ੍ਰੋਡਕਟ ਵਧੀਆ ਦੈਨ ਬਾਏ ਕਰ ਲਿਓ। ਕਿਉਂਕਿ ਸਾਰੇ ਜਾਣੇ ਬਹੁਤ ਵਧੀਆ ਫੀਡਬੈਕ ਦੇ ਰਹੇ ਆ। ਹੁਣੇ ਭੈਣ ਗਈ ਆ ਲਾਈਵ 'ਚੋਂ, ਉਹਨਾਂ ਨੇ ਸਿਰਫ 4-5 ਦਿਨ ਹੀ ਯੂਜ਼ ਕੀਤਾ, ਇੱਕ ਕੁੜੀ ਨੇ 6 ਦਿਨ ਯੂਜ਼ ਕੀਤਾ, ਉਹਨਾਂ ਦੀ ਉਹਦੀ ਇੱਥੇ ਪਿਗਮੈਂਟੇਸ਼ਨ ਸੀਗੀ, ਉਹ ਵੀਡੀਓ ਜਾ ਕੇ ਦੇਖ ਲਓ, ਰਬੂ ਆ ਨਾਮ ਉਹਦਾ, ਉਹ 6 ਦਿਨਾਂ ਦੇ ਵਿੱਚ ਇੱਥੋਂ ਪਿਗਮੈਂਟੇਸ਼ਨ ਚਲੀ ਗਈ। ਆ ਹੁਣ ਜਿਹੜੇ ਆਹ ਜਾਨੀ ਵਾਲੇ ਸੀਗੇ, ਇਹ ਇੱਥੇ ਰਹਿੰਦੇ ਆ ਨਾਲ ਹੀ, ਆਪਣਾ ਏਡਰੀ ਰਹਿੰਦੇ ਆ, ਲੈ ਕੇ ਗਏ ਪ੍ਰੋਡਕਟ ਮੈਨੂੰ ਯਾਦ ਹੈ। ਐਂਡ ਇਹਨਾਂ ਦਾ ਇਹ ਵੀ ਕਹਿੰਦੇ 4-5 ਦਿਨਾਂ ਦੇ ਵਿੱਚ ਕਾਫੀ ਫਰਕ ਪੈ ਗਿਆ ਆਲਰੇਡੀ। ਥੈਂਕ ਯੂ ਜੀ ਜਿਹੜੇ ਪਹਿਲੀ ਵਾਰੀ ਆ ਰਹੇ ਆ। ਹਾਂਜੀ ਯਾ, ਮੈਨੂੰ ਕੋਈ ਰਸ਼ ਨਹੀਂ ਹੈਗਾ ਓਨੈਸਟਲੀ, ਸੀਰੀਅਸਲੀ ਮੈਨੂੰ ਬਿਲਕੁਲ ਹੀ ਰਸ਼ ਨਹੀਂ ਹੈਗਾ ਕਿ ਮੈਂ ਐਵੇਂ ਠੋਕ ਦਿਆਂ ਤੁਹਾਡੇ ਉੱਪਰ ਸੇਲ। ਮੈਨੂੰ ਇਹ ਆ ਕਿ ਹਾਂ ਜੇ ਮੈਂ ਕੋਈ ਚੀਜ਼ ਜਿੱਥੇ ਤੁਸੀਂ ਪੈਸਾ ਲਾਓ, ਜੇ ਤੁਹਾਡਾ ਫਾਇਦਾ ਹੋਵੇ ਤਾਂ ਤੁਹਾਨੂੰ ਉਹ ਫਾਇਦਾ ਲਾਉਣਾ ਚਾਹੀਦਾ, ਜੇ ਫਾਇਦਾ ਨਾ ਹੋਵੇ ਉਹ ਪੈਸਾ ਨਹੀਂ ਲਾਉਣਾ ਚਾਹੀਦਾ ਬਿਲਕੁਲ, ਚਾਹੇ ਉਹ $1 ਆ ਚਾਹੇ ਉਹ $100 ਆ, ਡਜ਼ਨਟ ਮੈਟਰ। ਥੈਂਕ ਯੂ ਜੀ, ਥੈਂਕ ਯੂ। ਨੋ, ਆਈ ਐਮ ਨੋਟ ਇਨ ਰਸ਼ ਸੀਰੀਅਸਲੀ, ਮੈਨੂੰ ਜਮਾਂ ਹੀ ਰਸ਼ ਨਹੀਂ ਹੈਗਾ। ਹਾਂ ਯਾ, ਰਬੂ ਇਜ਼ ਦੇਅਰ, ਹੈਲੋ ਰਬੂ, ਯਾ ਰਬੂ ਸੈਡ 100% ਫਰਕ ਪੈਂਦਾ, ਹਾਈਲੀ ਰਿਕਮੈਂਡਡ। ਥੈਂਕ ਯੂ ਰਬੂ, ਥੈਂਕ ਯੂ, ਥੈਂਕ ਯੂ, ਥੈਂਕਸ ਫੋਰ ਯੋਰ ਫੀਡਬੈਕ। ਰਬੂ ਨੇ ਮੈਨੂੰ ਵਟਸਐਪ ਦੇ ਉੱਤੇ ਆਪਦੀ ਚੈਟ ਵੀ ਸ਼ੇਅਰ ਕੀਤੀ ਹੈ ਕਿ ਹਾਂ ਆਈ ਕੈਨ ਸ਼ੇਅਰ ਔਨ ਟਿਕਟੋਕ। ਯਾ ਆਈ ਸ਼ਿਪ ਟੂ USA ਜੀ, ਸ਼ੋਨ ਜੀ, ਆਮ ਸ਼ਿਪਿੰਗ US, ਕੈਨੇਡਾ, ਐਵਰੀਵੇਅਰ ਜੀ, ਯੂਰਪ, ਨਿਊਜ਼ੀਲੈਂਡ, ਆਸਟ੍ਰੇਲੀਆ। ਭਾਅ ਜੀ, ਹੂ ਇਜ਼ ਦਾ ਇਨਵੈਂਟਰ ਆਫ ਲਸੀਅਰ ਪ੍ਰੋਡਕਟ? ਮੇਰੇ ਫੇਸ ਕੰਪਲੈਕਸ਼ਨ ਐਂਡ ਸਕਿੰਨ ਇਜ਼ ਵਾਈਟ ਬਟ ਹੈਂਡਸ ਆਰ ਨੋਟ ਲਾਈਕ ਦੈਟ। ਹਾਂਜੀ ਡੈਫੀਨੇਟਲੀ ਤੁਹਾਨੂੰ ਲਾਈਕ ਯੂ ਸ਼ੁੱਡ ਯੂਜ਼ ਇਟ, ਲਾਈਕ ਦੀਜ਼ ਆਰ ਰੀਅਲੀ ਗੁੱਡ, ਦੇ ਮੇਕ ਯੂਅਰ ਸਕਿੰਨ ਕਲੀਅਰ ਐਂਡ ਬਰਾਈਟ। ਜਿਹੜੀ ਛੋਟੀ ਮੋਟੀ ਕੋਈ ਪਿਗਮੈਂਟੇਸ਼ਨ ਹੁੰਦੀ ਉਹਨੂੰ ਰਿਮੂਵ ਕਰ ਦਿੰਦੇ ਆ ਐਂਡ ਵਧੀਆ ਨਿਕਲ ਆਉਂਦੀ ਹੈ ਸਕਿੰਨ। ਵਰਕ ਫੋਰ ਰਿੰਕਲ ਐਂਡ ਬਲੈਮਿਸ਼, ਓਕੇ, ਰਿੰਕਲ ਲਈ ਜਿਹੜੀਆਂ ਅੰਡਰ ਆਈ ਰਿੰਕਲ ਆ ਹਨਾ, ਉਹਦੇ ਲਈ ਦਿਸ ਇਜ਼ ਅੰਡਰ ਆਈ ਕਰੀਮ, ਦਿਸ ਇਜ਼ ਰੀਅਲੀ ਗੁੱਡ ਪ੍ਰੋਡਕਟ, ਵਿਦ ਇਨ 1 month ਯੂ ਵਿਲ ਸੀ ਦਾ ਡਿਫਰੈਂਸ ਵਿਦ ਦਿਸ। ਐਂਡ ਫੋਰ ਦਾ ਦੱਸਦਾ ਸਵੇਰਾ, ਇੱਕ ਮਿੰਟ ਦੱਸਦਾ ਮੈਂ, ਫੋ ਸੋ ਦਿਸ ਇਜ਼ ਅੰਡਰ ਆਈ ਰਿੰਕਲ, ਦਿਸ ਇਜ਼ ਫੋਰ ਦਾ ਹੋਲ ਫੇਸ, ਇੱਕ ਆਹਾ ਐਂਡ ਆਹਾ, ਦੀਜ਼ 2 ਪ੍ਰੋਡਕਟਸ ਜੇ ਤੁਸੀਂ ਪੂਰੇ ਫੇਸ 'ਤੇ ਯੂਜ਼ ਕਰੋਗੇ, ਹੱਥਾਂ 'ਤੇ ਯੂਜ਼ ਕਰੋਗੇ, ਤਾਂ ਤੁਹਾਡੀ ਡਰਾਈਨੈਸ, ਰਿੰਕਲਸ, ਸਾਰੇ ਕਾਸੇ ਨੂੰ ਫਰਕ ਪਊਗਾ। ਆਹ ਦੋਨੇ ਹੱਥਾਂ ਦੇ ਵਿੱਚ ਰਿੰਕਲ ਦੇ ਵਿੱਚ ਡਿਫਰੈਂਸ ਚੈੱਕ ਕਰੋ। ਜੇ ਤੁਸੀਂ ਪਹਿਲਾਂ ਵੀਡੀਓ ਜ਼ਰੂਰ ਦੇਖਿਓ ਯਾਰ, ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਹਾਂ ਨਾ, ਤੁਸੀਂ ਮੇਰੇ ਦੋਨੇ ਹੱਥਾਂ ਦੀਆਂ
ਵੀਡੀਓ ਜਾ ਕੇ ਚੈੱਕ, ਆਹ ਦੇਖੋ ਆਲਮੋਸਟ ਇਹਦੇ ਵਰਗਾ ਹੀ ਹੋ ਚੱਲਿਆ। ਤੁਹਾਨੂੰ ਲੱਗਦਾ ਸਾਰਿਆਂ ਨੂੰ ਕਿ ਇਹ ਆਲਮੋਸਟ ਇੱਕੋ ਜਿਹੀ ਆ? ਤੁਹਾਨੂੰ ਇੱਕੋ ਜਿਹੇ ਲੱਗਦੇ ਆ ਕਿ ਫਰਕ ਲੱਗਦਾ ਇਹਨਾਂ 'ਚ ਕੋਈ? ਹਾਂਜੀ ਹਾਂਜੀ ਸੰਦੀਪ ਜੀ, ਸਲੋਨ 'ਚੋਂ ਲੈ ਸਕਦੇ। ਫੋਰਹੈਡ ਅਤੇ ਰਿੰਕਲਸ ਨੇ, ਹਾਂਜੀ ਹੈਲਪ ਹੁੰਦੀ ਹੈ, ਫੋਰ ਸ਼ੋਰ ਹੈਲਪ ਹੋਊਗੀ, ਫੋਰ ਸ਼ੋਰ। ਪਹਿਲਾਂ ਫੋਟੋ ਖਿੱਚ ਲਿਓ। ਮੇਰੇ ਕੁਐਸਚਨ ਦਾ ਆਂਸਰ ਨਹੀਂ ਦਿੱਤਾ ਤੁਸੀਂ ਭਾਅ ਜੀ। ਸੰਦੀਪ ਕੌਰ ਬਿਸਲਾ, ਆਲਮੋਸਟ ਸੇਮ। ਹਾਂ ਹੁਣ ਹੁਣੇ ਆਲਮੋਸਟ ਸੇਮ ਹੈ ਨਾ, ਸਵੇਰਾ ਉਹਦੇ 'ਚ ਜਾ ਕੇ ਵੀਡੀਓ ਦੇਖਿਓ, ਉਹਦੇ 'ਚ ਵੀਡੀਓ ਜਾ ਕੇ ਦੇਖਿਓ, ਮੇਰੀਆਂ ਵੀਡੀਓ ਜਾ ਕੇ ਚੈੱਕ ਕਰਿਓ। ਯੂ ਵਿਲ ਸੀ ਇੱਕ ਹੈਂਡ, ਆਹ ਹੈਂਡ ਅਤੇ ਆਹ ਹੈਂਡ ਦਾ ਲੈਸੇ, ਜੇ ਆਹ 50% ਸੀਗਾ ਤਾਂ ਆਹ 100% ਸੀਗਾ, ਇੰਨਾ ਡਿਫਰੈਂਸ ਸੀਗਾ। ਅੱਛਾ ਤੁਸੀਂ ਦੇਖ ਵੀ ਲਈਆਂ? ਵੈਰੀ ਗੁੱਡ, ਦੇਖ ਵੀ ਲਈਆਂ। ਆਈ ਵਿਜ਼ਿਟ ਯੂਅਰ ਸਲੂਨ, ਕੈਨ ਆਈ ਨੋ ਯੂਅਰ ਟਾਈਮਿੰਗ ਪਲੀਜ਼? ਵੈਨਸਡੇ ਲਾਈਕ ਟਿਊਜ਼ਡੇ ਕਲੋਜ਼ ਹੁੰਦਾ ਸਲੋਨ ਆਲਵੇਜ਼, ਆਪਣਾ ਟਿਊਜ਼ਡੇ ਕਲੋਜ਼ ਹੁੰਦਾ। ਵੈਨਸਡੇ ਨੂੰ ਆਪਾਂ ਉੱਥੇ ਹੁੰਦੇ ਹਾਂ ਜੀ ਤਕਰੀਬਨ 11:30 ਤੋਂ 6 ਦੇ ਅਰਾਊਂਡ, 11 to 6, 11:30 to 6। ਸੋ ਟਰਾਈ ਕਰਿਓ ਜਿਵੇਂ 12, 1, 2, 3, 4, 5 ਵਜੇ ਤੱਕ ਆ ਜਾਓ। ਥੈਂਕ ਯੂ ਭਾਅ ਜੀ। ਫਰੈਂਚਾ ਜੀ ਬਾਏ ਕਰਨੀ ਹੋਵੇ ਤਾਂ ਕਿੰਨੇ ਦੀ ਹੋ? ਹੈਰੀ ਹੈਰੀ ਮੈਨੂੰ ਲੱਗਦਾ ਨਹੀਂ ਹਜੇ ਆਪਾਂ ਉਸ ਲੈਵਲ 'ਤੇ ਪਹੁੰਚੇ ਹਾਂ ਬ੍ਰਦਰ। ਅਤੇ ਤੁਸੀਂ ਮੈਨੂੰ ਹੈਰੀ ਪਲੀਜ਼ ਬਾਇਓ ਦੇ ਵਿੱਚ ਕੁਐਸਚਨ ਕਰ ਲਿਓ, ਬਾਇਓ ਦੇ ਵਿੱਚ ਮੈਨੂੰ ਅਪਰੋਚ ਕਰ ਲਿਓ, ਜਾਂ ਮੈਨੂੰ ਵਟਸਐਪ 'ਤੇ ਕਰ ਲਿਓ 403-923-4058। ਸਵੇਰਾ ਸਲੋਨ ਇਜ਼ ਇਨ ਕੈਲਗਰੀ ਅਲਬਰਟਾ ਕੈਨੇਡਾ। ਵੀ ਹੈਵ 2 ਲੋਕੇਸ਼ਨਸ, 1 ਇਨ ਦਾ ਨੌਰਥ ਈਸਟ, ਦਾ ਨਦਰ 1 ਇਜ਼ ਇਨ ਦਾ ਸਾਊਥ ਈਸਟ ਕੈਲਗਰੀ, ਬਟ ਲਾਈਕ ਆਈ ਪ੍ਰੈਫਰ ਡੀਲਿੰਗ ਡਾਇਰੈਕਟਲੀ ਫਰੋਮ ਦਾ ਨੌਰਥ ਈਸਟ, ਬਟ ਵੀ ਸਟਿਲ ਹੈਵ ਪ੍ਰੋਡਕਟ ਇਨ ਦਾ ਸਾਊਥ ਈਸਟ ਐਜ ਵੈਲ। ਕੋਈ ਗੱਲ ਨਹੀਂ ਬ੍ਰਦਰ, ਮੈਨੂੰ ਹੈਰੀ ਪਲੀਜ਼ ਅਪਰੋਚ ਕਰ ਲਿਓ ਵਟਸਐਪ ਜਾਂ ਬਾਇਓ ਦੇ ਵਿੱਚ, ਵੀ ਕੈਨ ਟਾਕ। ਯੂਕੇ ਸ਼ਿਫਟ ਹੋ ਜੂਗਾ, ਨੋ ਪ੍ਰੋਬਲਮ, ਸਵੇਰਾ ਵੀ ਕੈਨ ਸ਼ਿਫਟ ਟੂ ਯੂਕੇ। ਹਾਂਜੀ ਡਰੋਅ ਡਨ ਕਰਤੇ ਆਪਾਂ, ਆਮ ਲਾਈਕ ਡਰੋਅ ਡਨ ਫੋਰ ਦਾ ਨਾਈਟ, ਕੱਲ੍ਹ ਨੂੰ ਦੁਬਾਰਾ ਕੰਟੀਨਿਊ ਕਰਾਂਗੇ। ਵੀ ਆਪਾਂ 5 ਡਰੋਅ ਕੱਢਤੇ ਅੱਜ, ਅਤੇ ਕੱਲ੍ਹ ਨੂੰ ਫਿਰ ਦੁਬਾਰਾ ਕੰਟੀਨਿਊ ਕਰ ਲਾਂਗੇ। ਵਾਈ ਯੂ ਇਗਨੋਰਿੰਗ ਆਮ ਆਲਸੋ ਸਟਾਰਟ ਯੂਜਿੰਗ ਯੂਅਰ ਵਿਟਾਮਿਨ ਸੀ ਸੀਰਮ? ਨਹੀਂ ਨਹੀਂ ਕਰੋ ਵਿਟਾਮਿਨ ਸੀ ਸੀਰਮ ਸੰਦੀਪ, ਉਹਦੇ ਨਾਲ ਕੀ ਫਰਕ ਪੈਂਦਾ ਤੁਹਾਨੂੰ? ਯੂ ਕੈਨ ਯੂਜ਼ ਇਟ ਫੋਰ ਸ਼ੋਰ, ਦੈਟਸ ਰੀਲੀ ਗੁੱਡ ਪ੍ਰੋਡਕਟ। ਤੁਸੀਂ ਬਾਕੀ ਮੈਨੂੰ ਵਟਸਐਪ ਕਾਲ ਕਰ ਲਿਓ ਸੰਦੀਪ ਜੀ, ਜਿਹੜੀ ਵੀ ਤੁਹਾਡਾ ਕੋਈ ਕੁਐਸਚਨ ਹੈਗਾ, ਜੇ ਕੋਈ ਕੁਐਸਚਨ ਹੈਗਾ ਮੈਨੂੰ ਵਟਸਐਪ ਕਾਲ ਕਰ ਲਿਓ, ਵੀ ਕੈਨ ਟਾਕ। 403-923-4058, 403-923-4058, ਪਲੀਜ਼ ਮੈਨੂੰ ਕਾਲ ਕਰ ਲਿਓ। ਓਕੇ ਜੀ, ਹੋਰ ਕਿਸੇ ਭੈਣ ਭਰਾ ਦਾ ਕੋਈ ਕੁਐਸਚਨ ਹੈਗਾ ਜੀ ਜਿਹੜਾ ਮੈਂ ਆਨਸਰ ਕਰ ਸਕਾਂ? ਜਿਹਦਾ ਵੀ ਕੋਈ ਕੁਐਸਚਨ ਹੈਗਾ, ਡੂ ਯੂ ਐਂਟਰ ਨੇਮ ਫੋਰ ਡਰੋਅ ਡੇਲੀ ਔਰ ਵਿਲ ਕੰਸਿਡਰ ਦਾ ਨੇਮ ਫਰੋਮ ਪ੍ਰੀਵੀਅਸ? ਨਹੀਂ ਮੈਂ ਰੋਜ਼ ਪਾਉਣਾ, ਕਿਉਂਕਿ ਮੈਂ ਭੁੱਲ ਜਾਂਦਾ ਜਦੋਂ ਲੈਸੇ, ਹੁਣ ਅੱਜ ਮੈਂ ਆਹ ਸਾਰੇ ਜਣਿਆਂ ਦੇ ਨਾਮ ਇੰਨੇ ਪਾਏ ਹੋਏ ਆ ਹੈ ਨਾ, ਅਤੇ ਕੱਲ੍ਹ ਨੂੰ ਜਦੋਂ ਮੈਨੂੰ ਇਹ ਨਹੀਂ ਪਤਾ, ਭੁੱਲ ਜਾਣਾ ਮੈਂ ਵੀ ਮੈਂ ਕਿਹਦਾ ਪਾਇਆ ਸੀ ਕਿਹਦਾ ਨਹੀਂ ਪਾਇਆ ਸੀ ਨਾਮ, ਫਿਰ ਮੈਨੂੰ ਦੁਬਾਰਾ ਦੁਬਾਰਾ ਲਿਖੇ ਜਾਣਗੇ। ਸੋ ਇਹ ਤਾਂ ਕਰਕੇ ਮੈਂ ਹੁਣ ਇਹ ਬਸ ਖਤਮ, ਇਹ ਕਹਾਣੀ ਇਹਨਾਂ ਦੀ ਅੱਜ ਵਾਲੇ ਜਿਹੜੇ ਨਿਕਲਣੇ ਸੀ ਨਿਕਲ ਗਏ, ਹੁਣ ਕੱਲ੍ਹ ਨੂੰ ਆਪਾਂ ਨਵੇਂ ਸਿਰੇ ਤੋਂ ਇਹਦੇ ਵਿੱਚ ਨਾਮ ਪਾਵਾਂਗੇ। ਸੋ ਤੁਸੀਂ ਫੋਲੋ ਕਰ ਲਓ, ਜਿਹੜੇ ਪਹਿਲੀ ਵਾਰੀ ਆਏ ਆ, ਜਿਹੜੇ ਨਵੇਂ ਆਏ ਆ, ਮੈਨੂੰ ਪਲੀਜ਼ ਫੋਲੋ ਕਰ ਲਓ, ਕੱਲ੍ਹ ਨੂੰ ਸ਼ਾਮ ਨੂੰ ਜਦੋਂ ਆਪਾਂ ਡਰੋਅ ਕਰਨ ਲੱਗੇ, ਕੈਨ ਯੂ ਪਲੀਜ਼ ਮਾਈਨ? ਹਾਂ ਡੈਫੀਨੇਟਲੀ, ਸਵੇਰਾ ਮੈਂ ਸਾਰਿਆਂ ਦੇ ਨਾਮ ਪਾਉਣਾ, ਤੁਹਾਡਾ ਕਿਉਂ ਨਹੀਂ ਪਾਊਂਗਾ? ਮੈਂ ਸਾਰਿਆਂ ਦੇ ਨਾਮ ਪਾਉਣਾ, ਮੈਨੂੰ ਲਾਈਕ ਕੋਈ ਇੰਗਲੈਂਡ ਤੋਂ ਹੁੰਦਾ ਜਿਹਦਾ ਡਰੋਅ ਨਿਕਲਿਆ ਹੁੰਦਾ, ਕੋਈ ਟੋਰਾਂਟੋ ਹੁੰਦਾ, ਕੋਈ BC ਹੁੰਦਾ, ਕੋਈ ਕੈਲਗਰੀ, ਕੋਈ ਐਡਮਿੰਟਨ, ਸਾਰੀ ਜਗ੍ਹਾ ਹੁੰਦੇ ਆ।
ਥੈਂਕ ਯੂ ਜੀ ਫੋਲੋ ਕਰਨ ਲਈ, ਰੀਅਲੀ ਐਪਰੀਸ਼ੀਏਟ ਜਿਹੜੇ ਜਿਹੜੇ ਵੀ ਫੋਲੋ ਕਰ ਰਹੇ ਆ। ਅਤੇ ਆਪਾਂ ਫਿਰ ਕੱਲ੍ਹ ਨੂੰ ਦੁਬਾਰਾ ਲਾਈਵ ਦੇ ਵਿੱਚ ਮਿਲਾਂਗੇ। ਅਤੇ ਕੋਈ ਰਸ਼ ਨਹੀਂ, ਕੁਛ ਨਹੀਂ ਹੈਗਾ, ਵੀਡੀਓ ਚੈੱਕ ਕਰ ਲਓ ਜਾ ਕੇ, ਜਿਨ੍ਹਾਂ ਦੇ ਵੀ ਕੋਈ ਸਕੈਨ ਕੰਸਰਨਸ ਹੈਗੇ ਆ ਵੀਡੀਓਜ਼ ਵਾਚ ਕਰ ਲਓ, ਯੂ ਵਿਲ ਸੀ ਦੇਅਰ ਕਿ ਬਾਕੀ ਸਾਰਿਆਂ ਨੂੰ ਫਾਇਦਾ ਹੁੰਦਾ ਜਦੋਂ ਤੁਸੀਂ ਦੇਖਦੇ ਰਹੋ ਦੇਖਦੇ ਰਹੋ। ਆਪਾਂ ਕਹਿੰਦੇ ਹਾਂ ਹੈਰੀ ਹੈਲੋ, ਥੈਂਕ ਯੂ। ਤੁਸੀਂ ਦੇਖਦੇ ਰਹੋ, ਕੋਈ ਨਹੀਂ, ਜਦੋਂ ਤੁਹਾਨੂੰ ਲੱਗੂਗਾ ਵੀ ਹਾਂ, ਜਿਉਂਦੇ ਰਹੋ ਵੱਸਦੇ ਰਹੋ। ਥੈਂਕ ਯੂ ਜੀ ਤੁਸੀਂ ਵੀ ਸਵੇਰਾ ਜੀ, ਸਟੇ ਬਲੈਸਡ ਸਟੇ ਹੈਪੀ, ਸਾਰੇ ਭੈਣ ਭਰਾ ਜਿਨ੍ਹਾਂ ਨੇ ਵੀ ਲਾਈਵ ਦੇ ਵਿੱਚ ਆਏ, ਇੰਨੀ ਗੁੱਡ ਨਾਈਟ, ਗੁੱਡ ਨਾਈਟ, ਗੁੱਡ ਨਾਈਟ, ਗੁੱਡ ਨਾਈਟ ਗਾਇਸ, ਗੁੱਡ ਨਾਈਟ ਐਵਰੀਵਨ। ਜਿਹੜੇ ਜਣਿਆਂ ਨੇ ਆ ਕੇ ਇੰਨੀ ਸਪੋਰਟ ਕੀਤੀ, ਇੰਨਾ ਮੋਟੀਵੇਸ਼ਨ ਦਿੱਤੀ, ਯੂ ਗਾਇਸ ਆਰ ਸੋ ਗ੍ਰੇਟ, ਸੋ ਅਮੇਜ਼ਿੰਗ। ਬਾਬਾ ਜੀ ਤੁਹਾਡੇ ਸਾਰਿਆਂ ਸਿਰ 'ਤੇ ਮੇਰੇ ਭਰੇ ਹੱਥ ਰੱਖਣ, ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ, ਤੁਸੀਂ ਜ਼ਿੰਦਗੀ ਦੇ ਵਿੱਚ ਪੂਰੀਆਂ ਤਰੱਕੀਆਂ ਹਾਸਲ ਕਰੋ ਅਤੇ ਪੂਰੀ ਖੂਬਸੂਰਤ ਜ਼ਿੰਦਗੀ ਆਪਦੀ ਇੰਜੋਏ ਕਰੋ। ਸੋ ਸਟੇ ਬਲੈਸ, ਥੈਂਕ ਯੂ ਜੀ। ਆਈਵ ਗੋਟ ਬਿਊਟੀ ਸਲੋਨ, ਕੁਡ ਆਈ ਸੈਲਿੰਗ ਯੂਅਰ ਪ੍ਰੋਡਕਟ, ਪਲੀਜ਼ ਲੈਟ ਮੀ ਨੋ। ਸਿਮਰਨ ਪਲੀਜ਼ ਮੇਰਾ, ਮੈਨੂੰ ਵਟਸਐਪ ਕਰ ਲਿਓ ਜਾਂ ਮੈਨੂੰ ਬਾਇਓ ਦੇ ਵਿੱਚ, ਮੇਰੀ ਬਾਇਓ ਦੇ ਵਿੱਚ ਅਪਰੋਚ ਕਰ ਲਓ ਪਲੀਜ਼, ਵਨ ਵੀ ਕੈਨ ਟਾਕ ਫੋਰ ਸ਼ੋਰ। ਪਲੀਜ਼ ਰੀਚ ਮੀ ਇਨ ਮਾਈ ਬਾਇਓ ਔਰ ਵਟਸਐਪ, ਵਟਸਐਪ ਨੰਬਰ ਇਜ਼ 403-923-4058, ਵੀ ਕੈਨ ਟਾਕ। ਸੋ ਮਾਈ ਨੰਬਰ ਅਗੈਨ 403-923-4058। ਥੈਂਕ ਯੂ ਜੀ, ਗੁੱਡ ਨਾਈਟ ਸਾਰਿਆਂ ਨੂੰ, ਸਾਰਿਆਂ ਨੂੰ ਗੁੱਡ ਨਾਈਟ, ਸਵੇਰਾਂ ਨੂੰ ਗੁੱਡ ਡੇ, ਕਿਉਂਕਿ ਸਵੇਰਾ ਕੋਲ ਦਿਨ ਚੜਿਆ ਨਾ।